ਕੁਦਰਤ ਵੀ ਨਾ ਸਾਰੇ ਕੱਪੜੇ ਖਰਾਬ ਕਰ ਲੈਂਦੀ ਹੈ। ਬੜਾ ਕਵੇੜਾ ਕਰ ਲਿਆ ਕੱਪੜਿਆਂ ਨੂੰ। ਪਹਿਲਾਂ ਬੱਦਲ ਹੋਏ ਪਏ ਸੀ ਤਾਂ ਨੀ ਸੁੱਕਣੇ ਪਾਏ, ਮੈਂ ਕਿਹਾ ਐਵੇਂ ਨਾ ਕਿਤੇ ਭਿੱਜ ਜਾਣ। ਹੁਣ ਤਾਂ ਨਹੀਂ ਗਰਮੀ, ਮੈਂ ਕਹਿੰਦਾ ਬਿਮਾਰ ਹੋ ਕੇ ਪਹਿਲਾਂ ਉਹ ਕੀਤੀ ਆ ਉੱਠੀ ਆਂਗੀ, ਬਿਮਾਰ ਹੋ ਕੇ ਉੱਠੀ ਆ, ਹੁਣ ਕੱਪੜੇ ਤਾਂ ਧੋਣੇ ਹੀ ਨੇਗੇ। ਉਹ ਕੱਪੜਿਆਂ ਦੀ ਤਾਂ ਗੱਲ ਮੰਨਦਾ ਮੈਂ ਵੀ ਧੋਣੇ ਆ, ਠੰਡੇ ਹੋਏ ਧੋ ਲੈਂਦੀ, ਸ਼ਾਮ ਨੂੰ ਧੋ ਲੈਂਦੀ, ਤੜਕੇ ਸਵੇਰੇ ਉੱਠ ਕੇ ਧੋ ਲੈਂਦੀ, ਰੋਟੀ ਪਾਣੀ ਦਾ ਲੇਟ ਕਰ ਲੈਂਦੀ। ਚੱਲ ਕੋਈ ਨਾ, ਹੁਣ ਤਾਂ ਉਸ ਨਿਬੜ ਗਏ ਕੰਮ, ਉਹ ਥੋੜੇ ਜਿਹੇ ਰਹਿ ਗਏ। ਕੋਈ ਕੰਮ ਸੀਗਾ? ਉਹ ਗੱਲ ਤਾਂ ਤੇਰੇ ਨਾਲ ਮੈਂ ਕਰਨੀ ਆ, ਮੈਂ ਨਾ ਉਹਦੇ ਭਰਾ ਬਾਰੇ ਗੱਲ ਕਰਨੀ ਆ, ਆ ਜਾ ਅੰਦਰ ਆ ਬਹਿ ਕੇ ਗੱਲ ਕਰਦੇ ਆ। ਚੰਨੀ ਬਾਰੇ ਗੱਲ ਕਰਨੀ ਆ? ਹਾਂ ਯਾਰ ਸੁਣਦੀ ਆ ਗੱਲ ਤੁਹਾਡੀ, ਮੈਂ ਆ ਕੇ ਮੈਂ ਨਾ ਫਿਰ ਸੁੱਕਣੇ ਪਾਇਆ ਮੈਂ ਕੱਪੜੇ ਮਸ਼ੀਨ 'ਚ। ਚੱਲ ਪਾਇਆ ਜਲਦੀ ਆ ਜੀ, ਨਾਲੇ ਧੁੱਪੇ ਨਾ ਮੱਚੀ ਜਾਈ ਚੰਗਾ, ਬਿਮਾਰ ਹੋ ਜਾਏਗੀ। ਮੈਨੂੰ ਪਤਾ ਪਹਿਲਾਂ ਸੈੱਲ ਮਸਾਂ ਪੂਰੇ ਕੀਤੇ ਤੇਰੇ, 1.5 ਲੱਖ ਹੀ ਰਹਿ ਗਏ ਸੀ 4.5 ਲੱਖ ਤੋਂ। ਕੋਈ ਨਾ, ਇਹਨਾਂ ਨਹੀਂ ਮਰਦੀ ਮੈਂ। ਲੈ ਉਹ ਤਾਂ ਕਮਲਾ ਗਾ, ਉਹਦੇ ਬਾਰੇ ਕੀ ਗੱਲ ਕਰਨੀ ਆ, ਆਪ ਤਾਂ ਸਾਰੇ ਮਰ ਗਏ, ਹੁਣ ਉਰੇ ਲਿਆ ਕੇ ਮੈਨੂੰ ਲੱਗਦਾ ਰੋਡਾ ਲਾਊਗਾ ਮੇਰੀ ਜਾਨ ਨੂੰ ਸਿਆਪੇ। ਮੈਂ ਨਹੀਂ ਸੁੱਖ ਦਾ ਸਾਹ ਲੈ ਸਕਦੀ। ਆ ਜਾ ਯਾਰ, ਕਦੋਂ ਦਾ ਵੇਟ ਕਰੀ ਜਾਂਦਾ ਮੈਂ, ਲੈ ਆ ਨਾ ਉਹਦੇ ਕੰਮ ਕਾਰ ਨਾ, ਜਿਹੜਾ ਲੀੜੇ ਲੱਤੇ ਦਾ ਹੁੰਦਾ, ਆ ਝਾੜੂ ਝੂੜੂ ਦਾ ਹੁੰਦਾ, ਬਾਹਰ ਲਾਉਂਦਾ, ਇਹ ਜ਼ਿਆਦਾ ਤੜਕੇ ਸੁਨੇਹਾ ਉੱਠਣ ਸਾਰ ਕਰ ਲਿਆ ਕਰ, ਤੇ ਜਾਂ ਕਰ ਲਿਆ ਕਰ ਇਹ ਸ਼ਾਮ ਨੂੰ, ਤੇ ਜਦੋਂ ਆਹ ਧੁੱਪ ਹੁੰਦੀ ਆ ਉਦੋਂ ਉਹਦਾ ਰੋਟੀ ਪਾਣੀ ਦਾ ਆ ਚੁੱਲ੍ਹੇ ਚੌਂਕੇ ਦਾ ਕਰ ਲਿਆ ਕਰ। ਤੁਹਾਨੂੰ ਪਤਾ ਕੁਦਰਤ ਨੇ ਸਕੂਲ ਜਾਣਾ ਹੁੰਦਾ, ਸਵੇਰੇ ਸਵੇਰੇ ਕਿੱਥੇ ਕੰਮ ਨਿਬੜਦਾ। ਸਾਰੀਆਂ ਗੱਲਾਂ ਛੱਡੋ, ਮੈਨੂੰ ਐਂ ਦੱਸੋ ਕੀ ਗੱਲ ਕਰਨੀ ਹੈ ਮੇਰੇ ਨਾਲ। ਗੱਲ ਤਾਂ ਕੰਮੋ ਤੇਰੇ ਨਾਲ ਐਂ ਕਰਨੀ ਸੀ, ਮੈਂ ਗੱਲ ਕਰਨੀ ਸੀ ਆਪਣੇ ਚੰਨੀ ਬਾਰੇ। ਦੇਖ ਬੇਬੇ ਬਾਪੂ ਆਪਣੇ ਮਰ ਗਏ ਹੈ ਨਾ, ਜੇ ਹੁੰਦੇ ਉਹ ਹੁੰਦੇ ਤਾਂ ਗੱਲ ਕੋਈ ਹੋਰ ਸੀਗੀ ਹੈ ਨਾ, ਤਾਂ ਚੰਨੀ ਰਹਿੰਦਾ ਹੁਣ ਚਾਚੇ ਕੋਲ, ਅਤੇ ਉਹ ਨਿੱਤ ਫੋਨ ਕਰੀ ਜਾਂਦਾ। ਇੱਕ ਤਾਂ ਤੈਨੂੰ ਪਤਾ ਉਹ ਊਂ ਸਿਧਰਾ ਉਹ, ਅਤੇ ਊਂ ਆਪਣੀ ਸਾਰੀ ਜ਼ਮੀਨ ਨੱਪ ਜੇ ਚਾਚਾ, ਹੁਣ ਚਾਚੇ ਕੋਲ ਰਹਿੰਦਾ, ਚਾਚੇ ਨੇ ਤਾਂ ਕਿਤੇ ਬੜਿਆ ਤੜਿਆ ਕੇ ਉਹ ਤੋਂ ਸਾਈਨ ਕਰਾ ਲਏ ਨਾ, ਔਖਾ ਹੋ ਜਾਊਗਾ, ਸਾਰੀ ਜ਼ਮੀਨ ਆਪਣੇ ਹੱਥੋਂ ਜਾਊਗੀ, ਬਾਕੀ ਤੂੰ ਸੋਚ ਲਾ। ਹੱਦ ਹੋ ਗਈ ਹੈ ਤੁਹਾਡੇ ਵਾਲੀ ਵੀ, ਉਹ ਪਾਗਲ ਕਰਕੇ ਤਾਂ ਮੈਂ ਇੱਥੇ ਆਈ ਹੈਗੀ, ਮੇਰੇ ਤੋਂ ਨਹੀਂ ਸਾਂਭਿਆ ਜਾਣਾ, ਆਪਦਾ ਕੋਈ ਹੋਰ ਹੱਲ ਕਰ ਲਓ। ਹੁਣ ਫੇਰ ਉਹਨੂੰ ਤੁਸੀਂ ਮੇਰੇ ਸਿਰ ਤੇ ਬਿਠਾਉਣ ਦੀ ਸੋਚ ਦਿਓਗੇ, ਸਾਰੀ ਦਿਹਾੜੀ ਦਿਮਾਗ ਖਰਾਬ ਕਰ ਦਿੰਦਾ, ਉਹਦੇ ਨਾਲ ਤਾਂ ਨਾ ਕੋਈ ਬੰਦਾ 1 ਮਿੰਟ ਨਹੀਂ ਕੱਟ ਸਕਦਾ। ਕੰਮੋ ਕਮਾਲ ਕਰੀ ਜਾਂਦੀ ਹੈ ਯਾਰ, ਮੇਰੇ ਨਾਲ ਦਾ ਜੰਮਿਆ ਵਾ, ਤੂੰ ਸੋਚ ਲਾ ਮਾੜਾ ਮੋਟਾ, ਉਹਨੂੰ ਮੈਂ ਐਂ ਕਿਵੇਂ ਛੱਡ ਸਕਦਾ। ਚੱਲ ਪਹਿਲਾਂ ਮੰਮੀ ਡੈਡੀ ਸੀਗੇ ਤਾਂ ਗੱਲ ਹੋਰ ਸੀਗੀ, ਐਂ ਉਹਨੂੰ ਇਕੱਲਾ ਛੱਡਣਾ ਠੀਕ ਰਹੂਗਾ? ਨਾ ਫਿਰ ਕੀ ਕਰਾਂ, ਸਮਾਨ ਤੜਾ ਲੈਨੀ ਆ ਪਾਗਲ ਤੋਂ ਲਿਆ ਕੇ ਘਰ ਦਾ, ਕਿਤੇ ਉਹ ਮੇਰਾ ਐਂ ਗਲ ਘੁੱਟ ਦੂਗਾ। ਮੈਂ ਕੀ ਲੱਗਦਾ ਤੈਨੂੰ, ਉਹਦੀ 1 ਕਿੱਲੇ ਜ਼ਮੀਨ ਖਾਤਰ ਮੈਂ ਉਹਨੂੰ ਸਿਰ ਤੇ ਲਿਆ ਕੇ ਬਿਠਾ ਲਾ, ਉਹਨੇ ਦੀ ਤਾਂ ਮੈਨੂੰ ਲੱਗਦਾ ਉਹਦੀ ਦਵਾਈ ਆਜੂਗੀ, ਵੱਧ ਹੀ ਖਾ ਜੂਗਾ, ਘਰ ਵੀ ਵਿਕ ਜੂ ਤੇਰਾ। ਯਾਰ ਗੱਲ ਜ਼ਮੀਨ ਦੀ ਵੀ ਨਹੀਂ ਹੈਗੀ, ਉਹਨੂੰ ਸਾਂਭੂ ਕੌਣ, ਤਾਂ ਉਹਨੂੰ ਚੰਗਾ ਰੱਖਦਾ ਹੋਊਗਾ ਉੱਥੇ, ਮੈਨੂੰ ਦੱਸ ਦੇ। ਕੋਈ ਗੱਲ ਨਹੀਂ, ਸਾਂਭ ਲੈਣਗੇ, ਮੈਨੂੰ ਨਹੀਂ ਪਤਾ ਹੈਗਾ, ਪਰ ਇੱਥੇ ਨਾ ਲੈ ਕੇ ਆਇਓ। ਯਾਰ ਐਂ ਕੰਬੋ ਸਾਂਭਿਆ ਨਹੀਂ ਜਾਣਾ, ਫਿਰ ਮੇਰੇ ਤੋਂ ਵੀ ਨਹੀਂ ਸਾਂਭਿਆ ਜਾਣਾ। ਯਾਰ ਮੈਂ ਤਾਂ ਤੇਰੇ ਨਾਲ ਇਹੀ ਗੱਲ ਕਰਨੀ ਸੀ, ਦੇਖ ਕੰਮੋ ਮਿਹਨਤ ਵਾਲੀ ਗੱਲ ਆ, ਉਹਨੂੰ ਰੱਖ ਲਾ ਇੱਥੇ, ਨਾਲੇ ਤੈਨੂੰ ਸੁੱਖ ਸਹਾਰਾ ਹੋ ਜੂ। ਮੈਨੂੰ ਕਾਹਦਾ ਸੁੱਖ ਸਹਾਰਾ, ਮੇਰੇ ਤਾਂ ਕੰਮ ਵਧੂਗਾ, ਕਦੇ ਆ ਖਿਲਾਰਤਾ, ਕਦੇ ਉਹ ਖਰਾਬ ਕਰਤਾ, ਕਦੇ ਰਸੋਈ ਚ ਗਾਹ ਪਾਤਾ, ਉਹ ਪਾਗਲ ਹੈਗਾ। ਉਦੋਂ ਤਾਂ ਨਾ ਜਿਹੜੇ ਬੱਚੇ ਹੁੰਦੇ ਆ 2-2 ਸਾਲ ਦੇ, ਉਹ ਵੀ ਸਿਆਣੇ ਹੁੰਦੇ ਨੇਗੇ, ਪਰ ਤੇਰਾ ਭਰਾ ਕੰਮੋ ਇੰਨਾ ਵੀ ਕਮਲਾ ਹੈ ਨੀ, ਉਹ ਜਿਹਨੂੰ ਆਪਾਂ ਪਿਆਰ ਨਾਲ ਰੱਖਾਂਗੇ ਨਾ,
ਉਹ ਠੀਕ ਵੀ ਹੋ ਸਕਦਾ ਤੇ ਉਹਨੂੰ ਦਵਾਈ ਵੀ ਕੰਮ ਕਰੂ। ਡਾਕਟਰ ਨੇ ਕਿਹਾ ਵੀ ਜਿੰਨਾ ਇਹਨੂੰ ਪਿਆਰ ਕਰੋਗੇ ਨਾ ਉਨਾ ਛੇਤੀ ਠੀਕ ਹੋਊਗਾ ਇਹ, ਤੇ ਨਾਲੇ ਕੰਮ ਕਰ ਸਾਰਾ ਕਰਿਆ ਕਰੂ ਘਰ ਦਾ। ਉਹ ਆਖੇ ਪਿਆਰ ਨਾਲ ਰੱਖੇਗੀ, ਸਾਰਾ ਕੰਮ ਕਰ ਦਿਆ ਕਰੂਗਾ। ਮੇਰੀ ਗੱਲ ਸੁਣੋ, ਮੇਰੇ ਤੋਂ ਨਾ ਨਿਕਲ ਗਈ ਤਾਂ ਨਾ ਹੀ ਆ, ਠੀਕ ਹੈ ਨਾ। ਬਾਕੀ ਹਰ ਗੱਲ ਦੀ ਨਾ ਜਿੱਦ ਨਾ ਫੜਿਆ ਕਰੋ। ਉਹਨੇ ਇੱਥੇ ਕੀ ਸਵਾਰਨਾ ਕੀ ਵਿਗਾੜਨਾ ਕੋਈ ਨਹੀਂ ਪਤਾ। ਅਮੀ ਮਰ ਗਿਆ ਨਾ, ਲੋਕ ਪਤਾ ਨਹੀਂ ਇਹ ਨਾ ਕਹਿ ਦੇਣ ਵੀ ਇਹਨਾਂ ਨੇ ਮਾਰਤਾ। ਕੰਮੂ ਆ ਤੇਰੇ ਨਾਲ ਧੱਕਾ ਗਾ, ਬਸ ਤੂੰ ਮੰਨ ਚਾਹੇ ਨਾ ਮੰਨ, ਠੀਕ ਹੈ। ਸਿੱਧੀ ਜੀ ਗੱਲ ਆ, ਮੈਂ ਲੈ ਕੇ ਆਊਂਗਾ ਉਹਨੂੰ, ਤੇ ਰਹੀ ਗੱਲ ਉਹਨੂੰ ਸਾਂਭਣ ਦੀ, ਮੈਂ ਆਪੇ ਸਾਂਭ ਲਿਆ ਕਰੂੰ। ਆਪੇ ਉਹਨੂੰ ਰੋਟੀ ਪਾਣੀ ਪੜਾਉਂਗਾ, ਆਪੇ ਉਹਨੂੰ ਮੈਂ ਆਹੋ ਕੀ ਨਾਮ ਦਾ ਦਵਾਈ ਦੇਊਂਗਾ, ਤੇ ਆਪੇ ਉਹਦੀ ਮੈਂ ਕੇਅਰ ਕਰੂੰਗਾ, ਠੀਕ ਆ। ਨਵਾਉਂ ਧਵਾਉਂ ਮੈਂ ਆਪੇ, ਠੀਕ ਆ। ਤੇ ਮੇਰੀ ਵੀ ਇੱਕ ਗੱਲ ਹੋਰ ਸੁਣ ਲਓ, ਲਿਆਓ ਜੀ ਸਦਕੇ, ਮੇਰੇ ਤੋਂ ਤਾਂ ਆਸ ਰੱਖਿਓ ਹੀ ਨਾ ਵੀ ਮੈਂ ਕੁਛ ਕਰੂੰਗੀ। ਤੇ ਬਾਕੀ ਗੱਲ, ਜੇ ਕੁਛ ਉਹਨੇ ਤੋੜਤਾ ਖਰਾਬ ਕਰਤਾ, ਮੈਂ ਉਸੇ ਟਾਈਮ ਉਹਨੂੰ ਘਰੋਂ ਬਾਹਰ ਕੱਢੂੰਗੀ। ਯਾਰ ਇਹ ਕਿਹੜੀ ਗੱਲ ਹੋਈ, ਕੋਈ ਗੱਲ ਨੀ, ਮੈਂ ਪੈਸੇ ਦੇ ਦੂੰਗਾ ਜੇ ਤੇਰੀ ਕੋਈ ਨਾ ਚੀਜ਼ ਤੋੜ ਦੂ, ਠੀਕ ਆ। ਹੱਦ ਹੋ ਗਈ ਯਾਰ, ਫਿਰ ਮੈਂ ਗੱਲ ਕਰਨ ਦਾ ਕੀ ਫਾਇਦਾ ਸੀ? ਜੇ ਫੈਸਲਾ ਤਾਂ ਆਪ ਹੀ ਸੁਣਾਉਣਾ ਸੀ, ਫੈਸਲਾ ਤਾਂ ਤੁਸੀਂ ਕਰੀ ਬੈਠੇ ਸੀਗੇ। ਫੈਸਲੇ ਵੀ ਖੁਦ ਦੇ ਤੇ ਰਾਏ ਵੀ ਖੁਦ ਦੀ, ਬਸ ਮੇਰੇ ਤੇ ਇੱਕ ਫੈਸਲਾ ਥੋਪਣਾ ਸੀ ਇਹਨਾਂ ਨੇ। ਚੱਲ ਕੋਈ ਨਾ, ਲਿਆ ਤਾਂ ਸਹੀ ਇੱਕ ਵਾਰੀ, ਆ ਜਾਣ ਦੇ ਉਹਨੂੰ, ਸਾਰਾ ਕੰਮ ਉਹ ਤੋਂ ਹੀ ਕਰਾਇਆ ਕਰੂੰਗੀ। ਵੱਜਣਾ ਤਾਂ ਉਹਨੇ ਪਾਗਲ ਹੀ ਆ, ਮੇਰਾ ਨਾਂ ਵੀ ਕੰਮੋ ਨਹੀਂ ਜੇ ਕੰਮ ਨੂੰ ਹੱਥ ਲਾ ਗਈ। ਆ ਜਾ ਆ ਜਾ, ਖੜ ਜਾ, ਐਂ ਨਹੀਂ ਖੋਲਦਾ, ਮੈਂ ਖੋਲ ਕੇ ਦਿੰਦਾ। ਆ ਖੁੱਲੂ ਆ, ਐਂ ਖੁੱਲੂ, ਆ ਜਾ, ਐਂ ਖੁੱਲੂ ਆ। ਇਹ ਆਪਾਂ ਨਵਾਂ ਲਵਾ ਲਿਆ ਗੇਟ, ਪਹਿਲਾਂ ਤੂੰ ਆਇਆ ਨਹੀਂ ਨਾ, ਤੂੰ ਆ ਮੇਰੀ ਗੱਲ ਸੁਣ ਇੱਕ ਮਿੰਟ। ਘਰ ਇੰਨਾ ਸੋਹਣਾ ਬਣ ਗਿਆ। ਹਾਂ ਇਹ ਤੇਰਾ ਘਰ ਆ ਪਤਾ ਤੈਨੂੰ? ਮੇਰਾ ਘਰ ਆ? ਹਾਂ ਤੇਰਾ ਘਰ ਆ, ਮੇਰੇ ਭਰਾ ਦਾ, ਠੀਕ ਆ। ਟੁਕੜੀ ਵੀ ਲਵਾਤੀ ਹੈ? ਹਾਂ ਟੁਕੜੀ ਵੀ ਲਵਾਤੀ, ਸਾਰੇ ਨੂੰ ਰੰਗ ਕਰਾਤਾ। ਮੇਰੀ ਗੱਲ ਸੁਣ ਇੱਕ। ਹਾਂ ਚੀਜ਼ੀਆਂ ਲਿਆਦਾ ਕਰੂੰ ਤੈਨੂੰ ਆਥਣੇ ਮੈਂ ਖਾਣ ਨੂੰ, ਠੀਕ ਆ। ਹਾਏ ਚੀਜ਼ੀ। ਹਾਂ ਚੀਜ਼ੀ ਵੀ ਲਿਆ ਕੇ ਦਿਆ ਕਰੂੰ, ਤੇ ਤੇਰੀ ਭਾਬੀ ਨੂੰ ਬੁਲਾਉਣਾ ਨੀ, ਠੀਕ ਆ। ਉਹਨੂੰ ਘੱਟ ਬੁਲਾਇਆ ਕਰਨਾ, ਇੱਕ ਦੂਰ ਹਾਂ ਜਿੱਥੇ ਰੋਟੀ ਬਣਾਉਂਦੀ ਹੁੰਦੀ ਆ ਭਾਬੀ, ਹਾਂ ਰਸੋਈ ਚ, ਉੱਥੇ ਤੂੰ ਜਾਣਾ ਨੀ, ਠੀਕ ਆ। ਜੇ ਕੁਛ ਮੰਗਣਾ ਹੋਇਆ ਭਾਬੀ ਤੋਂ ਮੰਗ ਲਿਆ ਕਰਨੀ ਆ, ਰੋਟੀ ਪਾਣੀ, ਠੀਕ ਆ। ਤੂੰ ਨੀ ਰਸੋਈ ਚ ਜਾਣਾ। ਕਿਉਂ ਵੀ? ਮੈਂ ਭਾਬੀ ਮੈਨੂੰ ਬਾਲੀ ਪਿਆਰੀ ਲੱਗਦੀ ਆ। ਉਹ ਕੋਈ ਨਾ, ਪਿਆਰੀ ਲੱਗਦੀ ਆ ਨਾ, ਤੂੰ ਬਸ ਸੌਣਾ, ਏਸੀ ਲੱਗਾ ਵਾ ਤੇ ਉੱਥੇ ਆਰਾਮ ਕਰਨਾ, ਠੀਕ ਆ। ਤੇ ਮੈਂ ਖੇਡੂ ਕਿੱਥੇ? ਬਸ ਉੱਥੇ ਉੱਥੇ ਖੇਡ ਲਈ, ਏਸੀ ਵਾਲੇ ਕਮਰੇ ਚ ਤੂੰ ਬਾਹਰ ਨਹੀਂ ਆਉਣਾ, ਠੀਕ ਆ। ਜੇ ਠੰਡ ਲੱਗਦੀ ਹੋਈ ਤੇਰੀ ਭਾਬੀ ਨੂੰ ਕਹਿ ਦਿਆ ਕਰੀ ਬੰਦ ਕਰਾ ਦਿਆ ਕਰੀ, ਪੱਖਾ ਬੰਦ ਕਰ ਦਿਆ ਕਰੀ, ਠੀਕ ਆ। ਉੱਥੇ ਰਹਿਣਾ, ਓਕੇ। ਆ ਜਾ ਆ ਜਾ, ਆ ਤੇਰਾ ਕਮਰਾ ਸਾਰਾ ਸੋਹਣਾ ਨਾ, ਆ ਦੇ। ਹਾਂ ਲੈ ਕੰਮੋ, ਆ ਗਿਆ ਸਿਰ ਦਰਦ ਤੇਰਾ। ਇਹਨੇ ਆਪਦੀ ਹੈਂਡ ਪੂਰੀ ਕੀਤੀ ਆ ਤੇ ਮੈਂ ਹੁਣ ਆਪਦੀ ਹੈਂਡ ਪੂਰੀ ਕਰੂੰਗੀ। ਬਿਠਾ ਲਾ ਬਿਠਾ ਲਾ ਅੰਦਰ ਲਿਜਾ ਕੇ, ਦੁੱਧ ਪੀਂਦਾ ਜਵਾਕ ਆ ਨਾ ਇਹ, ਰੋਣ ਨਾ ਲੱਗ ਜੇ। ਆ ਦੇਖ ਆ ਤਾਂ ਪੱਖਾ ਚੱਲਦਾ, ਆ ਤੈਨੂੰ ਆਹ ਏਸੀ ਲਵਾ ਕੇ ਦਿੱਤਾ, ਚੰਗਾ ਠੰਡੀ ਰਹੀ ਹਵਾ। ਹਾਂ ਹੱਥ ਗੁੱਦਾ ਹਲ ਪਾਣੀ। ਸਤਿ ਸ੍ਰੀ ਅਕਾਲ ਭਾਬੀ ਜੀ। ਸਤਿ ਸ੍ਰੀ ਅਕਾਲ, ਬੁਲਾਈ ਆ ਤੈਨੂੰ ਮੇਰੇ ਛੋਟੇ ਭਰਾ ਨੇ। ਆਪਦੀ ਸਤਿ ਸ੍ਰੀ ਅਕਾਲ ਨਾ ਆਪਦੇ ਕੋਲ ਹੀ ਰੱਖੀ, ਨਾਲੇ ਆ ਫੜਾ ਕੁੜੀ ਦਾ ਇਹ ਪਾਣੀ ਫੜ ਲਾ। ਆਉਣ ਸਾਰੀ ਲੱਗ ਗਈ ਨਾ ਕੀ, ਨਾਲੇ ਲੱਗੇ ਪਏ ਹੋ। ਆ ਏਸੀ, ਆ ਕਮਰਾ, ਇਹ ਮੇਰੀ ਜਵਾਕੜੀ ਦਾ ਕਮਰਾ ਗਾ, ਇਹਦਾ ਨੀ ਨਾਲੇ। ਤੇ ਜਵਾਕੜੀ ਦਾ ਕਿਹੜਾ ਗੱਲ ਘੁੱਟਦਾ ਇਹ, ਕੀ ਪੈ ਜਾ ਗੁਰੂ ਕੋਲੇ? ਪਾਗਲਾਂ ਦਾ ਕੋਈ ਪਤਾ ਨਹੀਂ ਹੁੰਦਾ, ਮੱਥੇ ਤੇ ਨਹੀਂ ਲਿਖਿਆ ਹੁੰਦਾ।
ਐਡਾ ਵੀ ਪਾਗਲ ਨਹੀਂ ਹੈਗਾ ਮੇਰਾ ਭਰਾ, ਠੀਕ ਹੈ ਨਾ? ਮੇਰੇ ਨਾਲ ਜੀਦਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ ਨਾ? ਗੱਲ ਸੁਣ ਲੈ ਇੱਧਰ, ਗਾ ਜਾ ਨਾ ਪਾਈ ਜਾਈ, ਨਾਲੇ ਜਦੋਂ ਕੁੜੀ ਆ ਗਈ ਕੁੜੀ ਨੂੰ ਤੰਗ ਨਾ ਕਰੀ ਜਾਈ। ਗੱਲ ਸੁਣਨਾ ਨਾਲੇ ਤੂੰ ਵੀ ਮੇਰੀ, ਇਹਨੇ ਆਰਾਮ ਕਰਨਾ, ਇੱਥੇ ਇਹ ਪਿਆ ਕਰੂ, ਠੀਕ ਆ? ਇਹ ਨਾ ਹੋਵੇ ਇਹਦੇ ਉੱਧਰ ਦੁੱਧ ਲਿਆ ਚਾਹ ਲਿਆ ਦੇ। ਨਾ ਜੀ ਮੈਂ ਉੱਧਰ ਪੈ ਗਿਆ। ਨਹੀਂ ਨਹੀਂ ਤੂੰ ਇੱਥੇ ਪੈ, ਮੈਂ ਮੰਜਾ ਡਾ ਦੂੰਗੀ ਬਾਹਰ। ਲੈ ਮੰਜਾ ਡਾ ਦੂਗੀ ਇਹ, ਤੂੰ ਜਾ ਇਹ ਇੱਥੇ ਹੀ ਪਿਆ ਕਰੂਗਾ ਏਸੀ ਵਾਲੇ ਕਮਰੇ ਚ, ਠੀਕ ਆ ਨਾ? ਅੰਦਰ ਇਹਨੂੰ ਆਰਾਮ ਦੀ ਸਖਤ ਜ਼ਰੂਰਤ ਆ, ਆਪੇ ਠੀਕ ਹੋ ਜੂ ਇਹ। ਮੇਰੀ ਗੱਲ ਸੁਣ, ਪੂਜਾ ਵਾਲੀ ਥਾਲੀ ਲਿਆ ਇੱਥੇ ਰੱਖ ਲਾ ਸਾਈਡ ਤੇ, ਉੱਠਣ ਤੋਂ ਪਹਿਲਾਂ ਇਹਦੀ ਪੂਜਾ ਕਰਤੀ, ਚਾਹ ਫੜਾਉਣ ਤੋਂ ਪਹਿਲਾਂ ਇਹਦੀ ਪੂਜਾ ਕਰਤੀ, ਰੋਟੀ ਫੜਾਉਣ ਤੋਂ ਪਹਿਲਾਂ ਇਹਦੀ ਪੂਜਾ ਕਰਤੀ। ਤੇ ਯਾਰ ਕਰ ਦੂੰਗਾ, ਭਰਾਵਾਂ ਦੀ ਪੂਜਾ ਹੀ ਹੁੰਦੀ ਆ, ਹੋਰ ਕੀ ਹੁੰਦੀ ਆ? ਸਾਡਾ ਕਿਹੜਾ ਮਾਂ ਪਿਓ ਆ ਮੇਰੇ ਲੜਨਾ? ਉਹ ਨਹੀਂ ਨਹੀਂ ਮੇਰੀ ਗੱਲ, ਵੱਡਾ ਭਰਾ ਦਾ ਯਾਰ ਡਰਾਉਣਾ ਤੂੰ ਇਹਨੂੰ, ਠੀਕ ਆ ਨਾ? ਇਹਨੇ ਆਰਾਮ ਕਰਨਾ, ਹਰ ਦਵਾਈ ਨਹੀਂ ਅਸਰ ਕਰਨੀ, ਆਉਂਦਾ ਹੋਇਆ ਡਾਕਟਰ ਕੋਲੇ ਜਾ ਕੇ ਆਇਆ, ਉਹਦਾ ਆਰਾਮ ਕਰਾਉਣਾ ਇਹਨੂੰ, ਕੋਈ ਨਾ ਕੋਈ ਨਾ ਤੂੰ ਇੱਥੇ ਪਿਆ ਕਰ ਦੇਂਗਾ ਨਾ। ਆਰਾਮ ਕਰਾਉਣਾ ਤੇ ਉੱਥੇ ਕੀ ਹੋਏ, ਤੋ ਹਲ ਜੋੜਾਉਂਦੇ ਸੀਗੇ, ਬਗਾਨਾ ਬਗਾਨਾ ਹੀ ਹੁੰਦਾ, ਠੀਕ ਆ ਨਾ? ਉੱਥੇ ਖੇਤ 'ਚ ਬੈਠਾ ਸੀਗਾ, ਉੱਥੋਂ ਲਿਆਇਆ ਮੈਂ। ਮੇਰੀ ਗੱਲ ਸੁਣ ਲਾ, ਹੁਣ ਇਹਨੂੰ ਲੈ ਤਾਂ ਆਇਆ ਪਰ ਮੇਰੀ ਗੱਲ 'ਚ ਨਾ ਬੋਲੀ, ਮੈਂ ਆਪਦੀ ਮਰਜ਼ੀ ਕਰੂੰ ਜਿਵੇਂ ਕਰਨਾ ਹੋਊਗਾ। ਜਿਵੇਂ ਕਰਨਾ ਹੋਊ ਕਰਨਾ ਹੋਊ, ਇਹ ਕੀ ਬਣਾਈ ਜਾਂਦੀ ਹੈ ਟੈਕ ਜਾਂ ਵਸਤੂ ਆਪਦਾ? ਤੂੰ ਨਾ ਇੱਥੇ ਆਰਾਮ ਨਾਲ ਖੇਡ ਲਿਆ ਕਰੀ, ਕੁਦਰਤ ਆ ਕੇ ਖੇਡਿਆ ਕਰੂ ਤੇਰੇ ਨਾਲ, ਇੱਥੇ ਤੁਸੀਂ ਦੋਨੇ ਚਾਚੀ ਭਤੀਜੀ ਪੈ ਜਾ ਕਰੋ, ਚੰਗਾ? ਓਕੇ ਚੱਲ ਠੀਕ ਆ, ਆਰਾਮ ਕਰ ਲਾ, ਚੰਗਾ? ਭਾਬੀ ਕਿੰਨੀ ਭੈੜੀ ਆ। ਕੰਮੋ ਬੋਲੋ। ਮੈਂ ਨਾ ਡਾਕਟਰ ਕੋਲੇ ਜਾ ਕੇ ਆਉਣਾ ਸੀਗਾ ਤੇ ਚੰਨੀ ਨੂੰ ਨਾ ਕੁਛ ਕਹੀ ਨਾ, ਚੰਗਾ? ਤੁਸੀਂ ਤਾਂ ਨਾ ਅਨਸਾਰ ਉਹਦੇ ਬਣ ਕੇ ਬਹਿ ਗਏ, ਮੇਰੀ ਕੋਈ ਫਿਕਰ ਹੈਗੀ ਆ? ਯਾਰ ਉਹ ਮੇਰਾ ਨਾ ਛੋਟਾ ਭਰਾ ਗਾ, ਤੂੰ ਸਮਝ ਯਾਰ ਇਹ ਚੀਜ਼ ਨੂੰ, ਪਤਾ ਕੀ ਆ ਉਹਦੇ ਤੋਂ ਪਿਆਰ ਨਾਲ ਜਿਹੜਾ ਕੁਛ ਆਖੇਂਗੀ ਉਹ ਕਰ ਦੂਗਾ ਉਹ। ਤੂੰ ਕਹਿ ਦੇਂਗੀ ਨਾ ਚੰਨੀ ਤੂੰ ਮੇਰੇ ਛੋਟੇ ਭਰਾ ਮਰ ਗਿਆ, ਇੱਥੇ ਨਾ ਕੁਛ ਨਾ ਖਲਿਆਰੀ, ਕੋਈ ਗੰਦ ਨਾ ਪਾਈ, ਤਾਂ ਉਹ ਪਾਉਂਦਾ ਨਹੀਂ। ਜੇ ਤੂੰ ਉਹਨੂੰ ਕਹਿ ਦੇਂਗੀ ਵੀ ਇੱਥੇ ਚੰਨੀ ਨਹੀਂ ਖੇਡਣਾ ਤਾਂ ਉਹ ਖੇਡਦਾ ਨਹੀਂ, ਉਹਨੂੰ ਕਹਿ ਦੇਂਗੀ ਨਾ ਚੰਨੀ ਇੱਥੋਂ ਉੱਠ ਕੇ ਕਿਤੇ ਹੋਰ ਪੈ ਜਾ, ਤਾਂ ਪਿਆਰ ਨਾਲ ਕਹੀ, ਗੁੱਸੇ ਨਾਲ ਤਾਂ ਉਹਨੂੰ ਐਂ ਲੱਗੂ ਤੇਰੇ ਤੋਂ ਨਫ਼ਰਤ ਕਰਨ ਲੱਗ ਜੂ ਉਹ। ਪਿਆਰ ਨਾਲ? ਅੱਛਾ ਪਿਆਰ ਨਾਲ ਕੋਈ ਵੀ ਕੰਮ ਕਰਾ ਲਾ। ਹਾਂ ਹਾਂ ਪਿਆਰ ਨਾਲ, ਦੇਖ ਜੇ ਤੂੰ ਉਹਨੂੰ ਕਹਿ ਦੇਂਗੀ ਚੰਨੀ ਇੱਥੇ ਤੂੰ ਨਾ ਖੇਡਣਾ, ਉਹਨੂੰ ਪਰ ਕਹਿਣਾ ਪਿਆਰ ਨਾਲ ਪਊਗਾ, ਉਹ ਖੇਡਦਾ ਨਹੀਂ ਗਾ, ਮੈਨੂੰ ਪਤਾ ਇੰਨਾ ਕੁ ਉਹਦਾ ਦਿਮਾਗ ਹੈਗਾ, ਉਹ ਇੰਨਾ ਵੀ ਪਾਗਲ ਨਹੀਂ ਹੈਗਾ ਜਿੰਨਾ ਉਹਨੂੰ, ਤੂੰ ਉਹਨੂੰ ਸਮਝਦੀ ਆ। ਚੱਲ ਠੀਕ ਆ, ਮੈਨੂੰ ਨਾ ਡਾਕਟਰ ਕਹਿੰਦਾ ਸੀ ਵੀ ਤੁਸੀਂ ਆ ਕੇ ਜਾਓ, ਉਹ ਦਵਾਈ ਉਹਨੇ ਮੰਗਵਾਤੀ ਹੋਣੀ ਆ ਤੇ ਮੋਟਰਸਾਈਕਲ ਬਾਹਰ ਖੜਾ, ਉਹਦੀ ਦਵਾਈ ਫੜ ਲਿਆਵਾਂ, ਚੰਗਾ? ਜਾਓ ਆ ਮੋੜ ਹੀ ਜਾਣਾ ਬਸ, ਮੈਨੂੰ ਲੱਗ ਜਾਣਗੇ 2-3 ਘੰਟੇ। ਕੋਈ ਨਾ ਜਾਓ ਜਾਓ। ਹੋਰ ਯਾਰ ਠੀਕ ਹੋ ਜਾਊਗਾ, ਪਤਾ ਆਪਾਂ ਨੂੰ ਸੁੱਖ ਸਹਾਰਾ ਬਹੁਤ ਹੋ ਜਾਊਗਾ ਜਦੋਂ ਠੀਕ ਹੋ ਗਿਆ। ਜਾਓ ਨਾਲ ਦੀਆਂ ਜੰਮਾਂ ਬਾਹਾਂ ਹੁੰਦੀਆਂ। ਇੱਕ ਤਾਂ ਨਾ ਤੁਸੀਂ ਇੱਕ ਭਾਸ਼ਣ ਹੀ ਚਾਹ, ਠੀਕ ਆ ਠੀਕ ਆ, ਉਹਨੂੰ ਮੈਂ ਚਾਹ ਪਾਣੀ ਦੇ ਦੀ, ਚੰਗਾ ਰੋਟੀ ਵੀ ਫੜਾ ਦੇ। ਉਹ ਦੇ ਦੂਗੀ, ਮੈਂਟੀ ਵੀ ਬੈਰ ਨਹੀਂ ਹੈਗੀ ਉਹਦੀ। ਤੂੰ ਜਾ ਤਾਂ ਸਹੀ, ਹੁਣ ਕਰਾਉਣੀ ਹੈ ਤੂੰ ਮੈਂ ਸਾਰਾ ਕੰਮ, ਪਹਿਲਾਂ ਤਾਂ ਤੂੰ ਕੱਪੜੇ ਸੁੱਕਣੇ ਪਾਉਣਾ। ਬੇਚੰਨੀ ਬੇਚੰਨੀ ਲੈ ਸੌ ਗਿਆ। ਤੂੰ ਕਹਿੰਦਾ ਸੀ ਨਾ ਭਾਬੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮੈਂ ਉਹਦੇ ਤੇਰੀ ਸਤਿ ਸ਼੍ਰੀ ਅਕਾਲ ਨਹੀਂ ਮੰਨੀ, ਦੱਸ ਤੂੰ ਠੀਕ ਆ? ਹਾਂ ਉਹ ਵੀ ਠੀਕ ਆ। ਅੱਛਾ ਤੇ ਸੌ ਗਿਆ ਸੀ ਹੈ, ਨੀਂਦ ਆ ਗਈ ਸੀ, ਕੀ ਖਾਏਗਾ ਫਿਰ ਅੱਜ?
ਜੋ ਭਾਬੀ ਕੋਈ ਮਰਜ਼ੀ, ਰੋਟੀ ਖਾਊਂਗਾ। ਰੋਟੀ ਖਾਊਂਗਾ? ਮੈਗੀ ਖਾਧੀ ਕਦੇ? ਮੈਗੀ ਨਹੀਂ ਖਾਧੀ। ਮੇਰੀ ਗੱਲ ਸੁਣ, ਜਦੋਂ ਕੁਦਰਤ ਆ ਗਈ ਨਾ, ਮੈਂ ਤੈਨੂੰ ਮੈਗੀ ਬਣਾ ਕੇ ਦਊਂ ਨਾਲੇ ਕੁਦਰਤ ਨੂੰ, ਚੰਗਾ? ਦੋਨੇ ਜਾਣੇ ਖਾ ਲਿਓ। ਮੈਂ ਭਾਬੀ ਰੋਟੀ ਖਾਣੀ ਆ। ਰੋਟੀ ਖਾਣੀ ਆ? ਚੱਲ ਕੋਈ ਨਾ, ਰੋਟੀ ਵੀ ਖਾ ਲਈ, ਮੈਗੀ ਵੀ ਖਾ ਲਈ, ਖਾ ਕੇ ਦੇਖੀ ਸਵਾਦ ਹੁੰਦੀ ਹੈ। ਬੜੀ ਸਵਾਦ ਹੁੰਦੀ ਹੈ। ਸਵਾਦ ਹੁੰਦੀ ਹੈ? ਹਾਂ, ਫਿਰ ਖਾ ਲਵਾਂ। ਹਾਂ, ਵਿੱਚ ਸੌਸ ਪਾ ਕੇ ਹਨਾ, ਬੜੀ ਸਵਾਦ ਬਣ ਜਾਂਦੀ ਹੈਗੀ। ਸੌਸ ਕੀ ਹੁੰਦੀ ਹੈ? ਹੁਣ ਇਹਨੂੰ ਪਾਗਲ ਟੋਲੇ ਨੂੰ ਇਹ ਨਹੀਂ ਪਤਾ ਹੈਗਾ ਸੌਸ ਕੀ ਹੁੰਦੀ ਹੈ। ਉਹ ਹੁੰਦੀ ਹੈਗੀ, ਮੈਂ ਤੈਨੂੰ ਆਪੇ ਪਾ ਕੇ ਦੇ ਦੂੰਗੀ। ਅਤੇ ਮੇਰੀ ਗੱਲ ਸੁਣ ਚੰਨੀ, ਮੇਰਾ ਨਾ ਸਿਰ ਜਿਹਾ ਦੁਖੀ ਆਉਂਦਾ ਸੀਗਾ ਹੈ, ਨਾਲੇ ਮੇਰੇ ਕੋਲ ਤਾਂ ਲੱਤਾਂ ਵਾਲੀਆਂ ਦੁਖੀ ਆਉਂਦੀਆਂ ਰਹੀਆਂ, ਅਤੇ ਮੈਂ ਨਾ ਮਸ਼ੀਨ 'ਚ ਕੱਪੜੇ ਸੁੱਕਣੇ ਪਾ ਕੇ ਆਈ ਸੀ, ਅਤੇ ਜਾਂ ਤਾਰ 'ਤੇ ਪਾ ਕੇ ਆ। ਪਾ ਲੇਗਾ? ਹਾਂ ਪਾ ਲਉ। ਜਾਂ ਪਾ ਕੇ ਆ ਫਿਰ। ਕਿੱਥੇ ਆ? ਹੋ ਦੇ ਮਸ਼ੀਨ ਸਾਹਮਣੇ, ਜਿਹਦੀ ਇੱਧਰਲੇ ਪਾਸੇ ਆ ਹੈਨਾ, ਉਹ 'ਚੋਂ ਕੱਢ ਲਈ ਸੁਕਾਉਣ ਵਾਲੀ 'ਚੋਂ। ਜਾਂ ਭੱਜ, ਸੁੱਕਣੇ ਪਾ ਕੇ ਕੱਪੜੇ। ਲੱਤਾਂ ਘੁੱਟ ਦੇਗਾ ਫਿਰ ਮੇਰੀਆਂ? ਹਾਂ। ਸੈਟ ਨਾ ਦੇਈ ਥੱਲੇ। ਭਾਬੀ ਕਿੰਨੀ ਚੰਗੀ ਹੈ ਨਾ, ਕਹਿੰਦੇ ਚੀਜ਼ੀ ਬਣਾ ਕੇ ਦਊਂਗੀ, ਹੈਂ, ਕੱਪੜੇ ਸੁੱਕੇ ਨਾ ਪਾਇਆ। ਇਹ ਤਾਂ ਮੈਂ ਕਰਦਾ ਰਹਿੰਦਾ ਜੀ, ਮੈਂ ਵੀ ਧੋਂਦਾ ਸੀ ਆਪਦੇ ਕੱਪੜੇ, ਹੈਂ, ਇਹਦਾ ਕੀ ਕੰਮ ਆ? ਇਹ ਮੈਂ ਕਰਦਾ ਮਿੰਟਾਂ 'ਚ, ਹੁਣ ਕਰ ਦਿੰਦਾ, ਇਹ ਚੀਜ਼ੀ ਖਾਊਂਗਾ। ਕੀ ਕਹਿੰਦੀ ਸੀ? ਐਗੀ ਐਗੀ ਕੀ? ਮੈਗੀ। ਹਾਂ, ਮੈਗੀ, ਮੈਗੀ ਖਾਊਂਗਾ ਅੱਜ ਮੈਂ, ਮੈਗੀ ਖਾਊਂਗਾ, ਮੈਗੀ ਖਾਊਂਗਾ, ਮੈਗੀ ਖਾਊਂਗਾ ਮੈਂ, ਮੈਗੀ। ਵੀਰੇ ਦੱਸੂਗਾ, ਭਾਬੀ ਬੜੀ ਚੰਗੀ ਹੈ। ਹਾਂ, ਮੈਨੂੰ ਕਹਿੰਦੀ ਤੈਨੂੰ ਮੈਗੀ ਖਵਾਉਂਗੀ। ਹਾਂ, ਚੱਕ ਲੈ ਕੱਪੜੇ ਦਾ, ਕੀ ਮੈਂ ਆਪਦੇ ਧੋਣਾ ਹੁੰਦਾ ਸੀ, ਹੈਂ, ਅਤੇ ਮੈਂ ਵੀ ਕਰਦਾ ਮਸ਼ੀਨ 'ਚ ਪਾਉਂਦਾ ਹੁੰਦਾ ਸੀ। ਹਾਂ, ਉੱਥੇ ਸਾਰਾ ਕੰਮ ਜਾਣਦਾ ਮੈਂ ਤੇ। ਹਾਂ, ਮੈਂ ਹੁਣ ਕਰ ਦਿੰਦਾ। ਸੱਚ ਤਨ ਤੋਂ ਰੋਕਿਆ ਹੈ ਡਾਕਟਰ ਨੇ। ਆਏ ਆਏ ਬਚ ਨੀ, ਇੱਕ ਰਹਿ ਗਿਆ ਬਸ, ਕਰਤਾ ਕੰਮ। ਓਹੋ, ਇੰਨਾ ਜ਼ੋਰ ਦੀ ਮਾਰਿਆ ਵੇ ਦਰਵਾਜ਼ਾ, ਨਿਬੜ ਗਿਆ ਕੰਮ? ਹਵਾ ਵੀ ਕਰਿਆ। ਪਾਤੇ ਕੱਪੜੇ ਸੁੱਕਣੇ ਸਾਰੇ? ਹਾਂ ਪਾਤੇ। ਚੱਲ ਮੈਨੂੰ ਐਂ ਦੱਸ, ਤੈਨੂੰ ਪੋਚਾ ਲਾਉਣਾ ਆਉਂਦਾ?
ਹੋਰ ਚਲਾਉਣ ਤਾਂ ਮੈਨੂੰ ਭੁੱਖ ਲੱਗੀ ਹੈ। ਕੋਈ ਨਾ ਬਣਾ ਕੇ ਦਊਂਗੀ ਜਦੋਂ ਕੁਦਰਤ ਆ ਗਈ ਮੈਗੀ। ਇੱਥੇ ਐਵੇਂ ਨਹੀਂ ਹੁੰਦਾ ਪਿੰਡਾਂ ਵਾਂਗੂ, ਠੀਕ ਹੈ ਨਾ। ਇੱਥੇ ਟਾਈਮ ਤੇ ਰੋਟੀ ਬਣਦੀ ਹੈ, ਟਾਈਮ ਹੁੰਦਾ ਰੋਟੀ ਦਾ, ਜਿਵੇਂ ਸਵੇਰੇ 8 ਵਜੇ, ਦੁਪਹਿਰੇ 2 ਵਜੇ, ਸ਼ਾਮ ਨੂੰ ਫੇਰ 7 ਵਜੇ। ਆਏ ਨੀ ਵੀ ਬਿੰਦੇ ਬਿੰਦੇ ਰੋਟੀ, ਜਦੋਂ ਭੁੱਖ ਲੱਗੀ ਉਹਦੀ ਮੰਗ ਲਓ। ਹੁਣ ਟਾਈਮ ਤੇ ਬਣੂਗੀ ਰੋਟੀ। ਭਾਬੀ ਮੈਂ ਘਰੇ ਖਾ ਕੇ ਨਹੀਂ ਆਇਆ, ਨਾਲ ਦਵਾਈ ਲੈਣੀ ਆ। ਓਹੋ ਕੋਈ ਨਾ, ਹੁਣ ਮੈਂ ਕਿੱਥੇ ਮੱਥਾ ਮਾਰੂੰਗੀ। ਜਾ ਤੂੰ ਐ ਕਰ, ਪੋਚਾ ਲਾ। ਪੋਚਾ ਲਾ? ਹਾਂ। ਫਿਰ ਮਿਲ ਜੂ ਰੋਟੀ? ਹਾਂ ਫਿਰ ਮਿਲ ਜੂ ਰੋਟੀ। ਕਿੱਥੇ ਬਾਲਟੀ? ਕਿੱਥੇ ਬਾਲਟੀ? ਬਾਹਰ ਹੀ ਪਈ ਹੈਗੀ। ਆ ਹੁਣ ਦੇਣੀ ਐ। ਆ ਮੁੜ ਕੇ ਰਾਤ ਨੂੰ ਪੈਣ ਲੱਗੀ ਹੈ ਨਾ। ਗੱਲ ਸੁਣ ਤੇ, ਗੱਲ ਸੁਣ, ਬਹਿ ਜਾ, ਬੈਠ ਬੈਠ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਕੁਛ ਕਰਨ ਦੀ ਲੋੜ ਨੀ, ਮੇਰੀ ਗੱਲ ਸੁਣ। ਜੇ ਤੇਰੇ ਬਾਈ ਤੈਨੂੰ ਪੁੱਛਣ ਲੱਗਿਆ ਨਾ ਵੀ ਰੋਟੀ ਖਾ ਲਈ, ਸਾਰਾ ਕੁਛ ਖਾ ਪੀ ਲਿਆ, ਤੂੰ ਕਹਿੰਦੀ ਹਾਂ ਖਾ ਪੀ ਲਿਆ, ਕੋਈ ਨਾ ਮੈਂ ਤੈਨੂੰ ਆਪੇ ਬਣਾ ਕੇ ਦੇ ਦੂੰ, ਠੀਕ ਆ। ਇਹ ਨੀ ਦੱਸਣਾ ਵੀ ਮੈਂ ਕੰਮ ਕੀਤਾ ਸੀ, ਚੰਗਾ। ਤੂੰ ਤਾਂ ਬਾਲਾ ਸਿਆਣਾ ਗਾ, ਆਈ ਨਾ ਗੱਲ ਨੀ ਦੱਸਦੇ ਹੁੰਦੇ। ਜੇ ਤੂੰ ਦੱਸਤਾ ਨਾ ਫਿਰ ਤੇਰਾ ਵੀਰਾ ਤੇਰੀ ਭਾਬੀ ਨਾਲ ਲੜ ਪਊਗਾ ਨਾ, ਸਿਆਣਾ ਗਾ ਨਾ ਤੂੰ। ਹਾਂ ਕੋਈ ਗੱਲ ਨੀ ਕਰਦੇ ਹੁੰਦੇ, ਠੀਕ ਆ। ਤੂੰ ਪੈ ਜਾ, ਕੋਈ ਨਾ ਪੈ ਜਾ, ਐਵੇਂ ਡਰ ਗਿਆ ਕਮਲਾ ਲੈ। ਹਾਂ ਪੈ ਜਾ ਪੈ ਜਾ। ਭੁੱਖ ਲੱਗੀ। ਚੁੱਪ, ਬੋਲਣਾ ਨੀ ਹੈਗਾ, ਉਹਦੇ ਹੁੰਦੇ ਕੁਛ ਚੀਜ਼ ਨੀ ਮੰਗਣੀ ਹੈਗੀ। ਹਾਂ ਆ ਗਏ ਤੁਸੀਂ, ਆ ਲੈ ਤੇਰਾ ਬਾਈ ਵੀ ਆ ਗਿਆ। ਕਿਵੇਂ ਆ? ਠੀਕ ਆ ਬਈ। ਡਰਦਾ ਸੀਗਾ ਮੈਨੂੰ, ਮੈਂ ਕਿਹਾ ਮੈਂ ਕੋਲੇ ਬੈਠ ਜਾ, ਡਰੀ ਗਿਆ। ਲੈ ਚੱਲ ਆ ਤਾਂ ਤੂੰ ਵਧੀਆ ਕੀਤਾ, ਮੇਰੀ ਗੱਲ ਸੁਣ। ਹਾਂ ਰੋਟੀ ਖਾ ਲਈ ਸੀਗੀ? ਰੋਟੀ? ਹਾਂ ਰੋਟੀ ਤਾਂ ਖਾ ਲਈ ਇਹਨੇ। ਹਾਂ ਰੋਟੀ ਅੰਦਰਲੀ ਲਾ ਕੇ ਇੱਥੇ ਲਵਾ ਦਿੰਦਾ, ਜਾਂ ਫਿਰ ਅੰਦਰਲੀ ਚ ਤੈਨੂੰ ਏਸੀ ਲਵਾ ਦਿੰਦਾ, ਅੰਦਰ ਐਲਈਡੀ ਲੱਗੀ ਵੀ ਆ, ਉਹ ਕਮਰੇ ਚ ਪੈ ਜਾ ਕਰ, ਠੀਕ ਆ। ਕੁੱਤਾ ਦੇਖਦਾ ਹੁੰਦਾ ਨਾਲੇ, ਤੂੰ ਦੇਖੀ ਜਾਇਆ ਕਰੀ। ਚੰਗਾ ਚੰਗਾ ਠੀਕ ਆ। ਹੱਦ ਹੋ ਗਈ ਹੈਗੀ, ਘਰ ਦਾ ਚੀਜ਼ਾਂ ਲਿਆਉਣ ਵਾਸਤੇ ਤੁਸੀਂ ਕਿਵੇਂ ਕਰਨ ਲੱਗ ਜਾਂਦੇ ਹੋ? ਇੱਕ ਮਿੰਟ ਚ 1900 ਰੁਪਇਆ ਲਾਇਆ ਏ, ਮਹੀਨੇ ਦੀ ਹੈ। ਅੱਛਾ ਅੱਛਾ ਮਹੀਨੇ ਦੀ ਆ, ਮੈਂ ਕਿਤੇ ਹਫਤੇ ਹਫਤੇ ਦੀ ਹੈਗੀ। ਹਫਤੇ ਦੀ ਨਹੀਂ ਮਹੀਨੇ ਦੀ ਦਵਾਈ ਆ। ਚੱਲ ਕੋਈ ਨਾ, ਤੂੰ ਪੈ ਜਾ, ਤੁਸੀਂ ਵੀ ਅੰਦਰ ਚੱਲੋ ਚੱਲੋ, ਤੂੰ ਪੈ ਜਾ, ਠੀਕ ਹੈ। ਜਰ ਮੈਂ ਪਾਉਂਗਾ, ਪਹਿਲਾਂ ਰੋਟੀ ਬਣਾ, ਅਸੀਂ ਇਕੱਠੇ ਬਹਿ ਕੇ ਖਾਵਾਂਗੇ ਦੋਨੇ ਭਰਾ। ਜਾ ਭਾਜਾ। ਓਹੋ ਨਹੀਂ, ਇਹਨੇ ਰੋਟੀ ਖਾ ਲਈ ਹੈ, ਮੈਂ ਕਹੀ ਜਾਂਦੀ ਹੈਗੀ ਚਲੋ। ਨਹੀਂ ਮੈਂ ਆਪਦੇ ਨਾਲ ਪਵਾਉਂਗਾ। ਨਹੀਂ ਤੁਸੀਂ ਆ ਜਾਓ। ਓ ਯਾਰ ਨਹੀਂ, ਆ ਜਾਓ ਬੈਨਾ ਇਹਦੇ ਕੋਲੇ, ਤੂੰ ਰੋਟੀ ਬਣਾ, ਜਾ ਜਾ ਬਣਾ ਰੋਟੀ, ਜਲਦੀ ਕਰ, ਮੇਰੀ ਗੱਲ ਸੁਣ, ਠੀਕ ਹੈ ਨਾ। ਦਵਾਈ ਆਪਦੀ ਟਾਈਮ ਨਾਲ ਯਾਦ ਕਰਕੇ ਲੈਣੀ ਆ, ਠੀਕ ਹੈ ਨਾ। ਹੁਣ ਆਪਾਂ ਦੋਨੇ ਭਰਾ ਪਹਿਲਾਂ ਰੋਟੀ ਖਾ ਲਈ ਸੀ ਨਾ, ਹਾਂ ਹੁਣ ਆਪਾਂ ਬਹਿ ਕੇ ਰੋਟੀ ਇਕੱਠੇ ਖਾਂਦੇ ਆ, ਚੰਗਾ। ਇੱਕ ਅੱਧੀ ਮੇਰੇ ਨਾਲ ਵੀ ਖਾ ਲਈ ਆਪਦੇ ਭਰਾ ਨਾ। ਮੈਨੂੰ ਭੁੱਖ ਨਹੀਂ ਆ। ਭੁੱਖ ਨਹੀਂ? ਚੱਲ ਕੋਈ ਨਾ, ਇੱਕ ਅੱਧੀ ਖਾ ਲਈ ਮੇਰੇ ਨਾਲ, ਹੋਰ ਕੀ ਖਾਣਾ ਮੈਂ ਉਹ ਬਣਵਾ ਦਿੰਦਾ। ਦੱਸ ਕੀ ਖਾਣਾ? ਕੁਛ ਨਹੀਂ ਭਾਬੀ, ਮੈਗੀ ਬਣਾ ਕੇ ਦਊਗੀ। ਮੈਗੀ ਬਣਾ ਕੇ ਤੂੰ ਕਿਹਾ ਸੀ ਉਹਨੇ ਤੈਨੂੰ? ਹਾਂ ਚੱਲ ਸ਼ੁਕਰ ਆ ਪਰਮਾਤਮਾ ਦਾ।
ਇਹ ਜਨਾਨੀ ਨੂੰ ਵੀ ਅਕਲ ਆਈ ਮਾੜੀ ਮੋਟੀ, ਵੈਸੇ ਤਾਂ ਬੇਅਕਲ ਕੋਈ ਆ ਇਹ। ਚੱਲ ਠੀਕ ਆ, ਕਰ ਲਾ ਆਰਾਮ ਚੰਗਾ, ਜੇ ਸ਼ਕਤੀਮਾਨ ਦੇਖਣਾ ਹੁੰਦਾ ਨਾ ਅੰਦਰ ਦੇਖ ਲਿਆ ਕਰ ਚੰਗਾ। ਠੀਕ ਆ ਪੈ ਜਾ ਕੰਮੋ, ਜਲਦੀ ਬਣਾ ਰੋਟੀ। ਉਹ ਕਿਵੇਂ ਆ ਸਣੀ? ਉਹ ਆਹੋ ਲੱਕੀ ਰੀਸਾਂ ਦੇ ਰਹੀਆਂ ਬਾਹਰ ਲਾ ਦਾ ਨਾ, ਉਹਨਾਂ ਖੁੱਲੇ ਹੀ ਰਹਿੰਦੇ ਕੋਈ ਨਾ। ਹੋਰ ਕੀ ਹਾਲ? ਹੋਰ ਵਧੀਆ, ਤੂੰ ਦੱਸ ਕਿਵੇਂ ਕਿਵੇਂ ਕੱਪੜੇ ਪਾ ਕੇ ਹਟਿਆ? ਨਾ ਨਾ ਕੱਪੜੇ ਨੀ, ਬਾਥਰੂਮ ਜਾ ਕੇ ਆਇਆ ਸੀ। ਅੱਛਾ ਬਾਥਰੂਮ ਜਾ ਕੇ ਆਇਆ ਸੀ। ਹੋਰ ਘਰੇ ਬੇਬੇ ਕਿਵੇਂ? ਠੀਕ ਆ ਸਾਰੇ ਵਧੀਆ, ਸੋਡਾ ਲੈ ਆਇਆ ਇੱਥੇ ਹੈ ਫਿਰ। ਹਾਂ ਤੇ ਸੱਚ ਬਾਪੂ ਸੈੱਟ ਆ ਹੋਏ ਵਹਾ ਬੁਖਾਰ ਜਾ ਹੋਗਾ ਸੀ ਕਹਿੰਦੇ ਪਰਸ ਸੈੱਟ ਆ ਯਾਰ ਹੁਣ ਤਾਂ ਗਿਆ ਉਹ ਆਇਆ, ਉਹ ਕਹਿੰਦਾ ਟਿਕਦਾ ਗਾ। ਮੈਨੂੰ ਤਾਈ ਫੋਨ ਲਾਈ ਜਾਵੇ। ਅੱਛਾ ਮੈਂ ਸਾਡਿਆਂ ਨੂੰ ਲੈਣ ਗਿਆ ਸੀ। ਠੀਕ ਆ ਸਮਝ ਗਿਆ ਤਾਂ ਤੇਰੀ ਗੱਲ। ਉਹ ਯਾਰ ਤਾਂ ਤੂੰ ਖੇਡਣ ਬਹਿ ਜਾਂਦਾ ਪਰਸੋਂ, ਜਦੋਂ ਉੱਥੇ ਮੀਂਹ ਪਵਾ ਲਿਆ ਸਾਰਾ ਤੁਰਿਆ ਜਾਂਦਾ ਨੀਗਾ, ਉੱਤੇ ਸਾਰਾ ਮੀਂਹ ਪਵਾ ਲਿਆ ਉਹਦੇ ਨਾਲ ਗਰਮ ਸਰਦ ਜਿਹਾ ਹੋ ਗਿਆ। ਹਾਂ ਇੱਧਰ ਤੂੰ ਕੀ ਲੰਘਿਆ? ਚੱਲ 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 ਕਿੱਧਰ ਗਿਆ ਹੁੰਦਾ? ਚੱਲ ਤੂੰ ਮੈਨੂੰ ਐਂ ਦੱਸ ਚਾਹ ਬਣਵਾਵਾਂ? ਚਾਹ ਤਾਂ ਬਸ ਜਾ ਸਣੀ, ਚਾਹ ਤਾਂ ਮੈਂ ਕਦੋਂ ਪੀ ਕੇ ਆਇਆ ਸੀ, ਗਰਮੀ ਬਾਲੀ ਆ। ਮੈਨੂੰ ਵੀ ਯਾਰ ਗੋਸਾ ਰੱਖਦਾ ਸੀਗਾ, ਕਦੋਂ ਨਾਲ ਚੰਨੀ ਨੂੰ ਲੈ ਆਇਆ ਇੱਥੇ। ਮੈਂ ਚੱਲ ਚੰਗੀ ਗੱਲ ਆ ਯਾਰ, ਜੂਨ ਸੁਧਰ ਜੂ ਵਿਚਾਰੇ ਦੀ, ਜੂਨ ਸੁਧਰਨ ਵਾਲੀ ਤਾਂ ਐਂ ਗੱਲ ਆ ਤੈਨੂੰ ਪਤਾ ਹਨਾ, ਚਾਚੇ ਤਾਏ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੇ। ਗੱਲ ਸਹੀ ਆ, ਤੂੰ ਮੰਨਦਾ? ਉੱਥੇ ਤਾਂ ਕੰਮ ਕਰਾਈ ਜਾਂਦੇ ਰਹਿੰਦੇ ਸੀਗੇ। ਅੱਛਾ ਹੋਰ ਖੇਤ ਪਿਆ ਰਹਿੰਦਾ ਸੀ, ਇੰਨੀ ਗਰਮੀ ਆ, ਉੱਤੋਂ ਮੱਛਰ ਭੋਲਾ ਵਿਚਾਰਾ, ਭੋਲਾ ਯਾਰ ਸਿਧਰਾ ਬੰਦਾ ਗਾ, ਬਿਮਾਰ ਹੋ ਜਾਊਗਾ। ਗੱਲ ਤਾਂ ਉਹੀ ਹੈ ਨਾਲੇ, ਭੋਲੇ ਬੰਦੇ ਦਾ ਅੱਜ ਕੱਲ੍ਹ ਕੋਈ ਨੀ ਹੈਗਾ ਸਨੀ, ਤੈਨੂੰ ਪਤਾ ਹਰੇਕ ਉਂਗਲ ਪਾ ਕੇ ਟੋਲ ਦਿੰਦਾ ਬਈ ਅਗਲੇ ਨੂੰ। ਤੇਰੀ ਤਾਂ ਭਾਬੀ ਵੀ ਨੀ ਸੀ ਮੰਨਦੀ ਅਖੇ, ਮੈਂ ਕੀ ਕਰਾਉਣਾ ਕਮਲੇ ਤੋਂ ਐ ਜਾਊਂਗਾ, ਤੈਨੂੰ ਪਤਾ ਵੀ ਮੇਰੇ ਤਾਂ ਨਾਲ ਦਾ ਜੰਮਿਆ ਵਾ ਹਨਾ, ਮੈਂ ਤਾਂ ਸੋਚਣਾ ਹੀ ਆ। ਚੱਲ ਉਹ ਤੂੰ ਤੇ ਨਾਲ ਦਾ ਜੰਮਿਆ, ਫਿਰ ਵੀ ਥੋੜਾ ਮੋਟਾ ਧਿਆਨ ਰੱਖਿਆ ਕਰ, ਭਾਬੀ ਦਾ ਬਗਾਨੀ ਆ ਨਾ। ਉਂਗਲ ਭਾਬੀ ਦਾ ਸਮਾਂ ਤਾਂ ਠੀਕ ਆ, ਪਰ ਫਿਰ ਵੀ ਤੇਰੇ ਨਾਲ ਸਣੀ ਮੰਨ ਲਾ। ਮੈਨੂੰ ਤਾਂ ਐ ਸੀਗਾ ਵੀ ਕਿ ਤੂੰ ਮੈਨੂੰ ਆਖਿਆ ਜੀ ਕਰੀ ਜਾਵੇ, ਜਦੋਂ ਮੈਂ ਲੈ ਕੇ ਆਇਆ ਉਦੋਂ ਤੱਕ ਇਹਨਾਂ ਸੜਦੀ ਜੇ ਸੀ, ਹੁਣ ਤਾਂ ਉਹਨੂੰ ਕਦੇ ਕਹਿੰਦੇ ਮੈਗੀ ਮੂਗੀ ਉਹ ਦੱਸਦਾ ਮੈਨੂੰ, ਕਿਉਂ ਤੈਨੂੰ ਪਤਾ ਸਿੱਧਾ ਪੁੱਤਰਾ ਬੰਦਾ ਗਾ, ਦੱਸ ਦਿੰਦਾ। ਹਾਂ ਮੈਨੂੰ ਭਾਬੀ ਨੇ ਮੈਗੀ ਬਣਾ ਕੇ ਦਿੱਤੀ, ਮੈਨੂੰ ਭਾਬੀ ਨੇ ਰੋਟੀ ਵੀ, ਭਾਬੀ ਕਹਿੰਦੀ ਸੀ ਆਹ ਬਣਾ ਕੇ ਦਿਉਂ, ਭਾਬੀ ਕਹਿੰਦੀ ਸੀ ਆਹ ਬਣਾ ਕੇ ਦਿਉਂ। ਮੈਂ ਆ ਜਦੋਂ ਦਵਾਈ ਜੀ ਲੈਣ ਗਿਆ, ਮੈਂ ਇੱਥੇ ਛੱਡ ਗਿਆ, ਉਹਦੇ ਸਿਰਹਾਣੇ ਹੀ ਬੈਠੀ ਸੀਗੀ। ਮੈਨੂੰ ਵੀ ਆਪ ਨੂੰ ਖੁਸ਼ੀ ਜੀ ਹੋਈ ਵੀ ਚੱਲ ਇਹਨੂੰ ਤਾਂ ਅਕਲ ਹੈਗੀ ਆ ਮਾੜੀ ਮੋਟੀ। ਮੈਂ ਤੈਨੂੰ ਐਂ ਦੱਸਦਾ ਸਣੀ, ਹੋਰ ਤਾਂ ਗੱਲਾਂ ਦੀਆਂ ਗੱਲਾਂ, ਜਨਾਨੀ ਹੁੰਦੀ ਨੇ ਜਿਹੜੀ ਬਹੁਤ ਹੁਸ਼ਿਆਰ ਜਨਾ ਹੁੰਦੀਆਂ ਨੇ, ਕਿਉਂਕਿ ਮੇਰੀ ਗੱਲ ਸੁਣ, ਜੇ ਤੂੰ ਕੋਈ ਆਪਣੇ ਰਿਸ਼ਤੇਦਾਰਾਂ ਦੇ ਜਵਾਕ ਲਾ ਲਾ, ਰਿਸ਼ਤੇਦਾਰਾਂ ਦੇ ਜਵਾਕ ਇਹਨਾਂ ਦੇ ਕਿੰਨੇ ਨੇੜੇ ਹੁੰਦੇ ਨੇ, ਆਪਾਂ ਜਦੋਂ ਬਾਹਰ ਭੱਜ ਲੈਣਾ ਇਹ ਘੂਰਦੀਆਂ ਵੀ ਹੁੰਦੀਆਂ ਨੇ ਸਾਰੇ, ਤੇ ਜਦੋਂ ਕੋਲ ਆ ਜਾਣਾ ਉਦੋਂ ਪਿਆਰ ਕਰਦੀਆਂ ਹੁੰਦੀਆਂ, ਇਹ ਹੁਸ਼ਿਆਰ ਬਹੁਤ ਹੁੰਦੀਆਂ। ਉਹ ਉਵੇਂ ਨਹੀਂ, ਇਹ ਉਵੇਂ ਨਹੀਂ ਸਮਝਦੀ, ਜਿਹੜੀ ਜ਼ਮੀਨ ਆਉਂਦੀ ਨਾ 1.5 ਕਿੱਲਾ ਇਹਨੂੰ 25 ਲੱਖ ਦੀ, ਉਹਦੇ ਨਾਂ ਨੂੰ ਸਾਂਭੂਗੀ। ਤੂੰ ਆ ਵੇਖੀ ਵੇਖੀ ਕਿਤੇ ਸਮਝਦੀ? ਸਮਝਦੀ ਆ, ਮੈਂ ਵੇਖੀ ਇੱਕ ਵਾਰੀ, ਮੈਂ ਤਾਂ ਤਾਂ ਹੀ ਕਹੀ ਜਾਂਦਾ ਨਾ, ਕਿਉਂ ਚੰਨੀ ਤਾਂ ਦੱਸੇ ਨਾ ਕੁਛ। ਚੰਨੀ ਵਿਚਾਰਾ ਕੀ ਦੱਸੂ ਯਾਰ, ਤਾਂ ਉਹ ਤਾਂ ਮੈਨੂੰ ਪਤਾ ਉੱਥੇ ਮੈਨੂੰ ਉਹਨੇ ਸਾਰੀਆਂ ਗੱਲਾਂ ਦੱਸਦੀਆਂ। ਤਾਇਆ ਮੈਨੂੰ ਕਹਿੰਦਾ ਸੀ ਤੂੰ ਪੁੱਤ ਖਾਲ ਕੱਢ ਦੇ, ਹੈਂ ਤਾਇਆ ਫਿਰ ਮੈਨੂੰ ਟੋਫੀਆਂ ਦੇ ਕੇ ਖਾਲ ਕੱਢਣ ਲਈ ਰੱਖਦਾ ਸੀ, ਹੈਂ ਫਿਰ ਮੈਨੂੰ ਆਪ ਨੂੰ ਖਿੱਚੀ ਚੜੀ। ਪਹਿਲਾਂ ਨਾ ਮੇਰਾ ਇਰਾਦਾ ਵੀ ਤਾਇਆ ਨੂੰ ਪੁੱਛਾ, ਮੁੜ ਕੇ ਮੈਂ ਕਿਹਾ ਗਲਤੀ ਮਨਾ ਆਪਦੀ ਆ ਵੀ ਜਦੋਂ ਮਾਂ ਪਿਓ ਦੀ ਡੈਥ ਹੋ ਗਈ ਸੀ, ਛੱਡਿਆ ਕਿਉਂ? ਹਾਂ ਉਹਨੂੰ ਇੱਥੇ ਕਿਉਂ ਨਾ ਲਿਆਂਦਾ, 3 ਮਹੀਨੇ ਹੋ ਗਏ ਸੀ ਉੱਥੇ ਬੈਠਾ ਸੀ। ਚੱਲ ਯਾਰ ਇਹਦੇ ਕੰਮ ਕਰਾਇਆ ਕਿਹੜਾ ਰਾਸ ਆ ਜੂ, ਪਾਪ ਲੱਗੀ ਦੇਖੀ ਦੁੱਗਣਾ ਪਾਪ ਲੱਗੂ ਉਹਨਾਂ ਨੂੰ। ਹਾਂ ਸਹੀ ਗੱਲ ਆ, ਤੇ ਮੈਂ ਤੈਨੂੰ ਐਂ ਕਹਿੰਦਾ ਸੀ ਕਿਵੇਂ ਮਾਰਿਆ ਗੇੜਾ? ਗੇੜਾ ਤਾਂ ਯਾਰ ਐਂ ਆ, ਆਰਤੀ ਤੋਂ ਜਦੋਂ ਆਪਾਂ ਪੈਸੇ ਲੈ ਕੇ ਆਏ, ਤੂੰ ਮੇਰੇ ਨਾਲ ਸੀਗਾ ਨਾ, ਹੈਗਾ ਸੀਗਾ ਨਾ ਤੂੰ ਨਾਲ ਉਦੋਂ?
ਹਾਂ ਹੈਗਾ ਸੀਗਾ ਤੇ ਹਾਂਜੀ ਆਪਾਂ 25,000 ਰੁਪਇਆ ਲੈ ਹਾਂ 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 ਉਦੋਂ ਜ਼ਿਆਦਾ ਜਦੋਂ ਆਪਾਂ ਮੱਝ ਲੈਤੀ ਸੀ ਉਸੀ ਗਲੀ ਹਾਂ ਆ 2.5 ਮਹੀਨੇ ਹਾਂ 2.5 ਮਹੀਨੇ ਤੇ ਉਹ ਤਾਂ ਮੇਰਾ ਸਰਕੜਾ ਵੱਧ ਬਣਾਈ ਨਾੜਤੀ ਤਾਂ ਕਿੰਨੇ ਬਣਾਈ ਜਾਂਦਾ ਉਹ ਤਾਂ 28 ਗੱਡੀ ਬੈਠਾ ਗਾ ਮਹਾਂ ਚੱਲ ਮਾੜਾ ਮੋਟਾ ਵਿਆਜ ਦਾ 100-150 ਬੰਦਾ ਮੰਨ ਲੇ ਉਹ ਤਾਂ 15,000-3,000 ਵਧਾਈ ਖੜਾ ਗਾ ਮੈਂ ਤਾਂ ਇੰਨੇ ਘੱਟੇ ਜਦ ਜਦ ਥੋੜੀ ਟਾਈਮ ਪਾਸ ਹੋਊ ਸਾਡਾ ਮੰਨਿਆ ਥੋੜੇ ਮੋਟੇ ਅਨਪੜ੍ਹਾਂ ਘਰੇ ਲਿਖਦੇ ਨੀ ਕਿੰਨੇ ਪੈਸੇ ਗਏ ਕਿੰਨੇ ਨਾ ਐਂ ਥੋੜੇ ਵੀ ਤੂੰ ਚੇਪੀ ਲਾ ਦੇਗਾ ਉਹ ਤਾਂ ਮੇਰੇ ਵੀ ਯਾਰ ਸੀ ਮੈਂ ਤੈਨੂੰ ਪਹਿਲੇ ਦੱਸਤਾ 25,000 ਫੜ ਕੇ ਲਿਆਏ ਸੀ ਲੱਕੀ ਨਾਲ ਬੋਲੀ ਜਾਂਦਾ ਤੁਹਾਡੇ ਕੋਲ ਹਾਂ ਆੜਤੀਏ ਕੋਲੇ ਜਾਇਆ ਵਾ ਤੇ ਉਹ ਨਾ 25,000 ਰੁਪਇਆ ਫੜ ਕੇ ਲਿਆਂਦਾ ਸੀ ਉਦੋਂ 2.5 ਮਹੀਨੇ ਹੋ ਗਏ ਤੇ ਮੈਂ ਲੱਕੀ ਦੇ ਨਾਲ ਸੀਗਾ ਤੇ ਉਹ ਪਤਾ ਨਹੀਂ ਵੱਧ ਵੁੱਧ ਬਣਾਈ ਜਾਂਦੇ ਪਤਾ ਨਹੀਂ 28,000 ਪਤਾ ਨਹੀਂ 30 ਬਣਾਈ ਜਾਂਦੇ ਆ ਉਹ ਕਹਿੰਦਾ ਮੇਰੇ ਨਾਲ ਚੱਲੀ ਮਾੜਾ ਜਿਹਾ ਕਹਿੰਦਾ ਵੀ ਤੂੰ ਮੇਰੇ ਨਾਲ ਗਿਆ ਸੀਗਾ ਮੈਂ ਚੱਲ ਠੀਕ ਆ ਚੱਲ ਦਾਂਗਾ ਤੁਹਾਡੀ ਵੀ ਹੱਦ ਹੋ ਗਈ ਆ ਨਾ ਤੁਸੀਂ ਮੈਂਬਰ ਹੋ ਨਾ ਸਰਪੰਚ ਹੋ ਜਿਹਦੇ ਕਿਹਦੇ ਨਾਲ ਤੁਰ ਪੈਂਦੇ ਜੋ ਕੋਈ ਆ ਜਾਂਦਾ ਗਾ ਮੇਰੀ ਗੱਲ ਸੁਣੋ ਘਰ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੇ ਅਗਲੇ ਨੇ ਪੈਸੇ ਲਏ ਆ ਅਗਲਾ ਖੁਦ ਨਵੇੜੇ ਤੁਸੀਂ ਕੀ ਕਰਨਾ ਨਾਲ ਜਾ ਕੇ ਉਹ ਨਾਲ ਤਾਂ ਜਾਣਾ ਪੈਂਦਾ ਹੁੰਦਾ ਜਦੋਂ ਮੈਂ ਉਦੋਂ ਨਾਲ ਸੀ ਨਾ ਲੈਣ ਵੇਲੇ ਠੀਕ ਹੈ ਨਾ ਉਹ 28,000 ਬਣਾਈ ਜਾਂਦਾ ਚੱਲ ਠੀਕ ਆ 2.5 ਮਹੀਨੇ ਦਾ ਕਿੰਨਾ ਕੁ ਵਿਆਜ ਬਣਦਾ ਹੋਊ ਉਹਨਾਂ ਦੇ ਫਸਲ ਬਾੜੀ ਸੈੱਟ ਦੇ ਆ ਵੱਧ ਤੋਂ ਵੱਧ 500 ਵੱਧ ਲੈ ਲੇ 2,500 ਉਹਦੇ ਘਰੇ ਹੈ ਨਹੀਂ ਕੁਝ ਉਹਦੇ ਚਾਚਾ ਤਾਇਆ ਹੋਰ ਕੋਈ ਉਹ ਬਾਬਾ ਗੁਰੂ ਜਦੋਂ ਲੈਣ ਗਏ ਆ ਨਾ ਉਦੋਂ ਮੈਂ ਨਾਲ ਸੀਗਾ ਪੱਚੂ ਵੀ ਫੜ ਕੇ ਲਿਆਂਦਾ ਬਸ ਯਾਰ ਤੁਸੀਂ ਤਾਂ ਨਾ ਮੇਰਾ ਦਿਮਾਗ ਖਰਾਬ ਕਰਨਾ ਹੁੰਦਾ ਜਾਓ ਜੇ ਨਹੀਂ ਸਰਦਾ ਜਾਓ ਚੱਲ ਠੀਕ ਆ ਚੰਨੀ ਕਿੱਥੇ ਆ ਉਹ ਵੇਖੀ ਜਾਂਦਾ ਟੀਵੀ ਅੰਦਰ ਚੱਲ ਦੇਖੀ ਜਾਣ ਦੇ ਉਹਨੂੰ ਟੀਵੀ ਉਹਨੂੰ ਰੋਟੀ ਪਾਣੀ ਤੇ ਚਾਹ ਟਾਈਮ ਨਾਲ ਦੇ ਦੀ ਚੰਗਾ ਫਿਰ ਕਿੰਨੇ ਕੁ ਵਾਰੀ ਤੁਸੀਂ ਮੈਨੂੰ ਪਾਗਲ ਸਮਝਿਆਗੇ ਚੱਲ ਠੀਕ ਆ ਯਾਰ ਤੂੰ ਪਾਗਲ ਨਹੀਂ ਮੈਨੂੰ ਪਤਾ ਤੂੰ ਵਧੀਆ ਰੱਖਦੀ ਆ ਉਹਦੇ ਨਾਲ ਉਹਨੂੰ ਵਧੀਆ ਸੇਵਾ ਕਰਦੀ ਆ ਪਰ ਆਈ ਮੈਂ ਤੈਨੂੰ ਤਾਂ ਹੀ ਕਹਿੰਦਾ ਵੀ ਟਾਈਮ ਨਾਲ ਹੀ ਚੰਗਾ ਕੋਈ ਗੱਲ ਨਹੀਂ ਓਏ ਆ ਜਾ ਸਣੀ ਕੀ ਕਰਨ ਲੱਗ ਗਿਆ ਭਾਬੀ ਦੀ ਸਰਾਂ ਲੈ ਕੇ ਬਹਿ ਗਿਆ ਬਾਕੀ ਯਾਰ ਤੈਨੂੰ ਪਤਾ ਹੀ ਆ ਹਨਾ ਉਹਨੂੰ ਲਿਆਂਦਾ ਕਾਹਦੇ ਵਾਸਤੇ ਆ ਜਵਾਕਾਂ ਵਰਗਾ ਯਾਰ ਹਾਂ ਉਹਦੇ ਬਾਰੇ ਤਾਂ ਕਹਿਣਾ ਹੀ ਪੈਂਦਾ ਉਹ ਐਂ ਨਹੀਂ ਪਤਾ ਖਿੱਜੇ ਫਿਰ ਲੈ ਸਨੀ ਤਾਂ ਚੱਲ ਗਿਆ ਤੈਨੂੰ ਲਾਵਾਂ ਕੰਮ ਨਾਲੇ ਤਾਂ ਪੋਚਾ ਲਵਾ ਲਾ ਨਾਲੇ ਭਾਂਡੇ ਮਚਾ ਲਾ ਐਂ ਪਹਿਲਾ ਵੀ ਰੋਟੀਆਂ ਤੋੜੂਗਾ ਇਹ ਇੱਥੇ ਕਿਹੜਾ ਫ੍ਰੀ ਦਾ ਲੰਗਰ ਚੱਲਦਾ ਹੈ ਤੈਨੂੰ ਕਿਹਾ ਸੀਗਾ ਨਾ ਮੇਰਾ ਲੱਤਾਂ ਬੜੀਆਂ ਦੁਖੀ ਜਾਂਦੀਆਂ ਰਹੀਆਂ ਤੂੰ ਐਂ ਕਰ ਫਿਰ ਮੈਂ ਰੋਟੀ ਬਣਾਉਣੀ ਹੈਗੀ ਤੇ ਆ ਜਾ ਪੋਚਾ ਲਾ ਦੇ ਖੜਾ ਹੋ ਪਰ ਭੁੱਖ ਲੱਗੀ ਹੈ ਵਾਲੀ ਮੈਨੂੰ ਉਹ ਦਊਂਗੀ ਰੋਟੀ ਆ ਜਾ ਖੜਾ ਹੋ ਚੱਲ ਆ ਜਾ ਆ ਜਾ ਭਾਬੀ ਰੋਟੀ ਲਿਆਉਂਦੀ ਪਹਿਲਾਂ ਮੈਨੂੰ
ਦੇ ਦੂਗੀ ਰੋਟੀ ਤੈਨੂੰ। ਚੱਲ ਠੀਕ ਹੈ, ਚੱਪਲਾਂ ਇੱਧਰ ਨਾਲੇ ਗੰਦ ਤਾਂ ਨਹੀਂ ਪਾਉਂਦਾ ਇੱਥੇ, ਗੰਦ ਨਹੀਂ ਪਾਉਣਾ ਠੀਕ ਹੈ ਨਾ? ਨਹੀਂ ਪਾਉਂਦਾ ਪਾਪੀ। ਹਾਂ ਚਲੋ ਚੱਪਲਾਂ ਪਾ, ਫਿਰ ਭਾਂਡੇ ਵੀ ਮਾਂਜਣੇ ਆ, ਜਦੋਂ ਤੂੰ ਭਾਂਡੇ ਮਾਂਜਦੇ ਹੈ ਨਾ ਫਿਰ ਵੀ ਤੈਨੂੰ ਮੈਂ ਰੋਟੀ ਦਊਂਗੀ ਠੀਕ ਹੈ। ਹੁਣ ਨਾਲੇ ਤੂੰ ਉਹਦੇ ਬਾਈ ਨਾਲ ਰੋਟੀ ਖਾਧੀ ਸੀਗੀ, ਇਹਨੇ ਕੀ ਦੱਸ ਤੈਨੂੰ? ਖਾਧੀ ਨੀ ਮੈਂ, ਜਵਾਬ ਦੇਤਾ ਇਹਨੂੰ। ਮੇਰੀ ਗੱਲ ਸੁਣ, ਉਹ ਬਾਲਟੀ ਪਈ ਆ ਨਾ ਜਿਹੜੀ ਉਹ ਮਸ਼ੀਨ ਕੋਲੇ, ਉਹਦੇ ਚ ਤਾਂ ਪਾਣੀ ਪਾ ਲਈ ਠੀਕ ਹੈ, ਤੇ ਹੋ ਜਿਹੜੇ ਟੂਟੀ ਤੇ ਕੱਪੜਾ ਟੰਗਿਆ ਪਿਆ ਉਹ ਕੱਪੜੇ ਨਾਲ ਪੋਚਾ ਲਾਉਣਾ ਠੀਕ ਹੈ ਨਾ, ਉਹਨੂੰ ਐਂ ਚੋੜ ਚੋੜ ਕੇ ਲਾਉਣਾ ਗਾ ਠੀਕ ਹੈ। ਹਾਂ ਜਾ ਭੱਜ, ਰੋਟੀ ਬਣਾ ਦੇ ਭਾਬੀ, ਰੋਟੀ ਦੇ ਦੂੰਗੀ ਭਾਂਡੇ ਮਾਂਜਦੀ ਇੱਕ ਵਾਰੀ, ਬੜੀ ਭੁੱਖ ਲੱਗੀ ਆ ਮੈਨੂੰ, ਭੁੱਖ ਲੱਗੀ ਹੈਗੀ, ਗਾਹਾਂ ਹਲ ਜੋੜਿਆ ਹੋਇਆ ਸੀਗਾ ਨਾ ਤਾਂ ਪਾਉਣ ਨਹੀਂ ਆਇਆ ਵਿਹਲਾ ਇੱਥੇ। ਆਹੋ ਆ ਪਾਣੀ ਡੋਲ ਦੇ, ਹੋਰ ਪਾ ਲਾ, ਬਾਲਾ ਸਿਆਣਾ ਹੈ ਤਾਂ ਫਿਰ ਮੈਗੀ ਖਾਊਗਾ। ਭੁੱਖ ਵਾਲੀ ਲੱਗੀ ਆ, ਜੇ ਮੇਰੀ ਬੇਬੇ ਹੁੰਦੀ ਨਾ ਉਹ ਰੋਟੀ ਖਵਾ ਦੇਣੀ ਸੀ, ਚਾਚਾ ਵੀ ਟਾਈਮ ਰੋਟੀ ਲਿਆ ਦਿੰਦਾ ਜੀ ਮੈਨੂੰ, ਉਹ ਟਾਈਮ 3 ਵੱਜ ਗਏ ਆ, ਹੁਣ ਕੀ ਕਹਾਂ ਭਾਬੀ ਨੂੰ ਮੈਂ। ਭਾਬੀ ਨਿਚੋੜ ਕੇ ਆਖਾਂ, ਨਿਚੋੜ ਕੇ ਲੈਣਾ ਜਲਦੀ ਜਲਦੀ ਲਾ ਦੇ, ਫਿਰ ਰੋਟੀ ਖਾਣੀ ਕਰਨੀ, ਅੱਜ ਦਵਾਈ ਵੀ ਨੀ ਲੱਗੀ ਤੂੰ ਮੇਰੇ ਨੂੰ ਕੀ ਦੱਸੂਗਾ ਮੈਂ। ਭਾਬੀ ਰੋਜ਼ਾ ਤਾਂ ਸਾਰੇ ਵਧੀਆ ਲਾਤਾ, ਬੇਚੈਨੀ ਪੈ ਗਿਆ ਬੋਲਦਾ ਨੀ ਭਾਬੀ। ਹਾਂ ਭਾਬੀ ਥੱਕ ਗਿਆ, ਢੋਲੀ ਦੁਖਣ ਲੱਗ ਗਈ ਮੇਰੀ, ਇੰਨਾ ਕੁ ਜੀ ਥੱਕ ਗਿਆ ਲੈ, ਮੈਂ ਪਤਾ ਸਾਰੀ ਦਿਹਾੜੀ ਕਿੰਨਾ ਕੰਮ ਕਰਦੀ ਹੈਗੀ। ਹਾਂ ਭਾਬੀ ਤੂੰ
ਸਾਰਾ ਕੰਮ ਕਰ ਦਿਆਂਗੇ। ਭਾਬੀ ਮੈਨੂੰ ਭੁੱਖ ਵਾਲੀ ਲੱਗੀ ਆ। ਰੋਟੀ ਤਾਂ ਖਾ ਲਈ, ਪਹਿਲਾਂ ਭਾਂਡੇ ਤਾਂ ਮਾਂਜ ਦੇ, ਰੋਟੀ ਕਾਹ ਚ ਖਾਏਗਾ। ਉਹ ਨਾ ਤੇਰੇ ਵੀਰੇ ਨੇ ਕੱਲ ਚੋਰ ਕਰਦੇ ਨੇ ਨਾ ਮੇਰਾ ਹੱਥ ਘੁੱਟਦਾ, ਮੈਂ ਤਾਂ ਨਾ ਹੱਥ ਬੜਾ ਦਰਦ ਕਰੀ ਜਾਂਦਾ ਗਾ। ਤੂੰ ਥੋੜੇ ਜਿਹੇ ਭਾਂਡੇ ਧੋ ਲਾ, ਥੋੜੇ ਹੀ ਨੇਗੇ, ਫਿਰ ਮੈਂ ਰੋਟੀ ਲਾ ਕੇ ਦਿੰਦੀ ਹਾਂ, ਫੇਰ ਹੀ ਖਾਏਗਾ ਰੋਟੀ। ਭਾਬੀ ਮੈਂ ਚਾਚੇ ਕੇ ਨਾ ਮੈਂ ਹੱਥ ਤੇ ਖਾਂਦਾ ਬਸ, ਉੱਤੇ ਬਸ ਰੋਟੀਆਂ ਲਿਆ ਦੇ ਤੇ ਮੈਂ ਦਾਲ ਧਰ ਕੇ ਲਿਆ ਦੇ ਬਸ। ਤਰੀ ਵਾਲੀ ਸਬਜ਼ੀ ਕਿਵੇਂ ਪਊਗੀ, ਦਾਲ ਸਬਜ਼ੀ ਉਹਦੇ ਵਿੱਚ ਰੋਟੀ ਤੇ। ਹਾਂ ਤਰੀ ਵਾਲੀ ਆ। ਚਲੋ ਉੱਠ, ਬਾਲੀਆਂ ਗੱਲਾਂ ਨਾ ਮਾਰ, ਭਾਂਡੇ ਮਾਜ ਦੇ ਚਾਰਕ ਜਾ ਕੇ ਜਾ, ਫਿਰ ਮੈਂ ਖਾ ਲਈ ਕੁਦਰਤ ਦੇ ਨਾਲ ਹੀ ਖਾ ਲਈ, ਜੋ ਕੁਦਰਤ ਆ ਗਈ ਮੈਗੀ। ਜਾ 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 ਭਾਬੀ, ਮੈਨੂੰ ਚੱਕਰ ਆਈ ਜਾਂਦੇ ਆ। ਉਹ ਚੱਕਰ ਹਟ ਜਾਣਗੇ, ਉਹ ਤਾਂ ਆਉਂਦੇ ਆਗੇ, ਉਹ ਤੂੰ ਪਿਆਰ ਇੰਨਾ ਬੜਾ ਟਾਈਮ ਆ। ਜਾ ਤਾਂ ਆਉਂਦੇ ਆ। ਹਾਂ ਤਾਂ ਆਉਂਦੇ, ਪਈ ਦਾ ਨਹੀਂ ਹੁੰਦਾ ਬੜਾ। ਪਰ ਮੈਂ ਦਵਾਈ ਵੀ ਨਹੀਂ ਲੱਤੀ ਅੱਜ। ਕੋਈ ਨਾ ਦਵਾਈ ਰੋਟੀ ਖਾ ਕੇ ਲੈ ਲਈ। ਕੀ ਹੋ ਗਿਆ? ਢੋਈ ਦੁਖੀ ਜਾਂਦੀ ਆ ਭਾਬੀ। ਤਾਂ ਹੀ ਦੁਖਦੀ ਆ ਬੈੱਡ ਤੇ ਪੈਣ ਨਾਲ। ਜਾ ਬਗ ਜਾ, ਦਿਮਾਗ ਤਾਂ ਤੂੰ ਮੇਰਾ ਹਿਲਾ ਰੱਖਿਆ ਗਾ ਕੇ। ਚੱਲ ਇੱਕ ਗੱਲ ਤਾਂ ਵਧੀਆ ਹੋ ਗਈ, ਪਹਿਲਾਂ ਤਾਂ ਮੈਨੂੰ ਇਹ ਸੀ ਵੀ ਕਿਸੇ ਕੰਮ ਦਾ ਨਹੀਂ ਹੈਗਾ, ਆ ਕੰਮ ਕਾਰ ਕਰਦਾ ਦੇਖ ਕੇ ਨਾ ਮੈਨੂੰ ਲੱਗਦਾ ਹੁਣ ਮੈਨੂੰ ਕੰਮ ਵਾਲੀ ਦੀ ਛੁੱਟੀ ਕਰ ਹੀ ਦੇਣੀ ਚਾਹੀਦੀ ਹੈ। ਐਵੇਂ 3,3100 ਮਹੀਨਾ ਲੈ ਜਾਂਦੀ ਆ ਉਹ ਤਾਂ ਬਚੂਗਾ, ਇਹ ਤੂੰ ਹੀ ਕਰਾਇਆ ਕਰੂੰਗੀ, ਅਤੇ ਰੋਟੀਆਂ ਵੀ ਤਾਂ ਖਾਂਦਾ ਹੀ ਹੈਗਾ, ਰੋਟੀਆਂ ਦਾ ਮੁੱਲ ਤਾਂ ਮੁੜੂਗਾ, ਵੇਲਣ ਨੂੰ ਥੋੜ੍ਹਾ ਖਵਾਉਣਗਾ ਇਹਨੂੰ। ਚੱਜ ਨਾ ਮਾਂਜ ਵੀ ਚਾਚਾ ਲੇਟ ਆਉਂਦੇ ਨਾ ਰੋਟੀ ਲੈ ਕੇ, ਉਹ ਪਾਣੀ ਪੀਂਦਾ ਦੇਖੋ ਨਾ। ਹਾਂ ਭਾਂਡੇ ਮਾਂਜ ਚੰਨੀ। ਹਾਂ ਬਾਈ, ਆ ਕੀ ਕਰੀ ਜਾਂਦਾ? ਕੁਛ ਨਹੀਂ, ਉਹ ਤਾਂ ਮੈਂ ਪਾਣੀ ਪੀਣ ਆਇਆ ਸੀ। ਇਹ ਭਾਂਡੇ ਤੂੰ ਧੋਤੇ ਆ? ਨਹੀਂ ਨਹੀਂ, ਪਾਣੀ ਪੀਣ ਆਇਆ ਸੀ ਮੈਂ ਤਾਂ। ਧੋਈ ਤਾਂ ਤੂੰ ਭਾਂਡੇ ਜਾਂਦਾ ਸੀ, ਤੈਨੂੰ ਕਿਸੇ ਨੇ ਕੋਈ ਕੁਛ ਕਿਹਾ ਵੀ ਉਹਨੂੰ ਦੱਸਣਾ ਨੀ ਕੁਛ? ਨਹੀਂ ਨਹੀਂ, ਰੋਟੀ ਖਾਣੀ ਸੀ ਨਾ ਮੈਂ, ਤਾਰਕ ਧੋਣਾ ਸੀ। ਰੋਟੀ ਖਾਣੀ ਸੀ ਤੇ ਤੂੰ ਉਹਦੀ ਭਾਬੀ ਨੂੰ ਕਿਉਂ ਨੀ ਕਿਹਾ? ਭਾਬੀ ਨੇ ਕਿਹਾ ਸੀ ਮੈਨੂੰ। ਚੱਲ ਤੂੰ ਇੱਥੇ ਰੁਕ ਦੋ ਮਿੰਟ, ਮੈਂ ਆਇਆ, ਆਉਣਾ ਨੀ ਉੱਧਰ। ਕੀ ਹੋ ਗਿਆ, ਨੀਂਦ ਆ ਗਈ ਸੀ? ਹਾਂ ਅੱਖ ਜੀ ਲੱਗ ਗਈ। ਚੰਨੀ ਕਿੱਥੇ ਆ?
ਇੱਥੇ ਪਿਆ ਸੀਗਾ, ਬਾਥਰੂਮ ਬੂਥਰੂਮ ਗਿਆ ਹੋਣਾ ਦੇਖ ਲਓ ਉੱਥੇ। ਇਹ ਤੂੰ ਚੰਗੀ ਨਹੀਂ ਕੀਤੀ ਕੰਮੋ, ਆਪ ਤੂੰ ਸੁੱਤੀ ਪਈ ਆ, ਉਹਨੂੰ ਰਸੋਈ ਚ ਤੇਰਾ ਵਾੜਿਆ ਵਾ, ਭਾਂਡੇ ਧੋਣ ਲਾਇਆ। ਓਹੋ ਮੈਂ ਨਹੀਂ ਕਿਹਾ ਉਹਨੂੰ, ਮੈਂ ਕਿਉਂ ਵਾੜੂਗੀ, ਉਹ ਆਪ ਪੰਗੇ ਲੈਣ ਲੱਗ ਗਿਆ ਹੁਣ, ਮੈਂ ਤਾਂ ਪੈ ਗਈ, ਮੈਂ ਉਹਨੂੰ ਕੀ ਕਹਿਣਾ ਗਾ। ਕੰਮੋ ਠੀਕ ਆ, ਐਡਾ ਉਹ ਸਿਆਣਾ ਨੀ ਹੈਗਾ ਵੀ ਜਿਹੜਾ ਜਾ ਕੇ ਉਹ ਕਿਚਨ ਚ ਭਾਂਡੇ ਧੋਣ ਲੱਗ ਗਿਆ। ਤੁਹਾਨੂੰ ਤਾਂ ਮੈਂ ਹੀ ਮਾੜੀ ਦਿਸਦੀ ਆ, ਮੇਰੇ ਚ ਕਮੀਆਂ ਨਜ਼ਰ ਆਉਂਦੀਆਂ, ਇਸੇ ਕਰਕੇ ਕਹਿੰਦੀ ਸੀ ਵੀ ਆਪਣੇ ਚ ਫਰਕ ਪਊਗਾ, ਆਪਣੇ ਚ ਫਰਕ ਪਊ, ਨਾ ਲਿਆ ਨਾ ਲਿਆ ਨਾ ਲਿਆ। ਕੰਮੋ ਐਡਾ ਸਿਆਣਾ ਚੰਨੀ ਵੀ ਹੈ ਨੀ ਫਿਰ ਵੀ ਜਿਹੜਾ ਉਹ ਰਸੋਈ ਚ ਜਾ ਕੇ ਭਾਂਡੇ ਧੋਣ ਲੱਗ ਗਿਆ, ਉਹਨੂੰ ਜੂਠ ਮੀਠ ਦਾ ਪਤਾ ਹੀ ਨੀਗਾ। ਬਸ ਮੈਂ ਤਾਂ ਭੇਜਿਆ ਨੀ ਹੈਗਾ, ਗੱਲ ਖਤਮ, ਠੀਕ ਆ ਨਾ, ਐਵੇਂ ਮੇਰੇ ਤੇ ਨਾ ਬਰੋ, ਤੇਰੇ ਤੇ ਨਾ ਬਰੋ, ਤੇਰੇ ਤੇ ਨਾ ਬਰੋ, ਗੱਲਾਂ ਹੀ ਪੁੱਠੀਆਂ ਕਰਨੀਆਂ ਹੁੰਦੀਆਂ। ਗੱਲਾਂ ਪੁੱਠੀਆਂ ਤੁਸੀਂ ਕਰਦੇ ਹੋ ਕਿ ਮੈਂ ਕਰਦੀ ਆ? ਮੈਂ ਬੁਲਾਵਾਂ, ਮੈਂ ਪਈ ਹੈਗੀ ਤੇ ਆਪ ਮੌਜਾਂ ਨਾਲ ਕਹਿਦਾ ਵੀ ਤੂੰ ਭੇਜਿਆ ਉਹਨੂੰ, ਮੈਂ ਬੁਲਾਵਾਂ ਉਹਨੂੰ, ਬੁਲਾਵਾਂ ਉਹਨੂੰ, ਉਹਦਾ ਕੀ, ਉਹ ਤਾਂ ਖੁਸ਼ਮਰਜ਼ੀ ਕਹਿੰਦੇ ਪਾਗਲ ਦਾ। ਅੱਛਾ ਠੀਕ ਆ, ਉਹ ਐਂ ਤਾਂ ਅੱਜ ਤੱਕ ਤਾਂ ਉਹਨੇ ਤੇਰੇ ਖਿਲਾਫ ਕੁਛ ਕਿਹਾ ਨਹੀਂ ਮੈਨੂੰ, ਕਿੰਨੇ ਦਿਨ ਹੋ ਗਏ? ਬਸ ਕਰੋ, ਠੀਕ ਹੈ ਨਾ, ਬਸ ਕਰੋ ਯਾਰ, ਬਸ ਹੀ ਕਰੀ ਜਾਂਦਾ ਮੈਂ, ਠੀਕ ਆ, ਮੈਨੂੰ ਉਹਦੇ ਨਾਲ ਗੱਲ ਕਰਨੀ, ਮੈਨੂੰ ਪਤਾ ਹੀ ਸੀਗਾ ਭਰਾ ਦਾ, ਗੱਲ ਤਾਂ ਸੁਣ ਲਓ। ਹਾਏ ਰੱਬਾ, ਹੋਰ ਨਾ ਸਿਆਪਾ ਖੜਾ ਹੋ ਜੇ, ਮੈਨੂੰ ਵੀ ਜਾਣਾ ਪਊਗਾ। ਚੰਨੀ ਇਹ ਹੁਣ ਤੂੰ ਫੇਰ ਲੱਗ ਗਿਆ ਸਫਾਈਆਂ ਜਿਹਾ ਕਰਨ, ਮੈਨੂੰ ਸੱਚ ਗੱਲ ਦੱਸੀ ਵੀ ਭਾਬੀ ਤੈਨੂੰ ਰੋਟੀ ਖਵਾਉਂਦੀ ਹੁੰਦੀ ਆ? ਲੈ ਅਗਰ ਰੋਟੀ ਖਵਾਉਂਦੀ ਹੁੰਦੀ ਹੈ ਤਾਂ ਰੋਟੀ ਖਾਧੀ ਹੈ ਨਾ? ਹਾਂ ਬਾਈ, ਰੋਟੀ ਖਾ ਕੇ ਭਾਂਡੇ ਧੋਣ ਬੈ ਪਏ। ਨਾ ਤੈਨੂੰ ਕਿਹਨੇ ਕਿਹਾ ਸੀ ਭਾਂਡੇ ਧੋਣ ਨੂੰ? ਲੈ ਮੈਂ ਤੈਨੂੰ ਕਿਹਾ ਸੀ ਪੈ ਜਾ। ਉਹ ਪੌੜੀ ਚਤਰ ਜਨਾਨੀ ਆ, ਮਗਰ ਹੀ ਆ ਗਈ। ਉਹ ਨਹੀਂ ਨਹੀਂ ਬਾਈ, ਉਹ ਮੇਰੇ ਸਰ ਖੇਤ ਦੀ ਆਪ ਭਾਂਡੇ ਧੋਣ ਆਉਂਦਾ ਸੀ ਤਾਂ ਕਰਕੇ ਧੋਤੇ ਜੀ ਮੈਂ। ਉਹ ਰੋਟੀ ਖਾ ਕੇ, ਉਹਨੇ ਰੋਟੀ ਮੰਗੀ ਸੀ, ਰੋਟੀ ਖਾ ਕੇ ਧੋਣ ਲੱਗ ਗਿਆ ਹੋਊਗਾ। ਮੈਂ ਪਾਗਲ ਦਿਸਦੀ ਆ? ਤੈਨੂੰ ਤਾਂ ਮੇਰੇ ਚ ਕਮੀਆਂ ਦੀਦੀ ਆ ਸਾਰੀਆਂ। ਕਮੀਆਂ ਹੈਗੀਆਂ ਤੇਰੇ ਚ, ਤੈਨੂੰ ਤਾਂ ਕਿਹਾ। ਨਹੀਂ ਬਾਈ, ਭਾਬੀ ਨਾਲ ਨਾ ਲੜ। ਰੋਟੀ ਰੋਟੀ ਖਾਣਾ, ਦਵਾਈ ਦਵੂਈ ਲੈਣਾ ਹੁੰਦਾ? ਕਿਤੇ ਇਹੀ ਤਾਂ ਨਹੀਂ ਖਾ ਖਾ ਢਿੱਡ ਵਧਾਈ ਜਾਂਦੀ? ਨਹੀਂ ਨਹੀਂ ਬਾਈ, ਨਹੀਂ ਮੈਂ ਖਾ ਲਈ ਸੀ ਰੋਟੀ। ਪੱਕਾ? ਹਾਂ ਬਾਈ। ਦਵਾਈ ਕਿੱਥੇ ਆ ਤੇਰੀ? ਮੈਂ ਤਾਂ ਦਵਾਈ ਵੀ ਨਹੀਂ ਧਿਆਨ ਦਿੱਤਾ, ਕਿੰਨੇ ਦਿਨ ਹੋ ਗਏ। ਮੈਂ ਵੀ ਬੇਵਕੂਫੀ ਆ, ਬਾਹਰ ਦੇ ਕੰਮਾਂ ਚ ਹੀ ਰਹਿਣਾ। ਦਵਾਈ ਉਹ ਪਈ ਆ। ਕਿੱਥੇ ਪਈ ਆ? ਮੇਰੇ ਬਿੱਡਾ। ਤੇਰੇ ਬਿੱਡਾ ਚ? ਹਾਂ ਬਾਈ, ਪਾਲੇ ਬਸ। ਚੱਲ ਮੈਂ ਦੇਖਣਾ ਜਾ ਕੇ। ਬਸ ਲੈ ਲੂਗਾ ਦਵਾਈ, ਲੈ ਲੂ। ਲੈ ਲੂਗਾ, ਹੁਣ ਇਹਨੂੰ ਪਤਾ ਮੈਂ ਵੀ ਦਵਾਈ ਦੇ ਰਹੀ। ਮੇਰੀ ਗੱਲ ਨਾ ਬੋਲ। ਨਾ ਬੋਲ। ਖਾ ਖਾ ਕਿੱਡਾ ਕੀਤਾ, ਨੈਰੋ ਲੱਕ ਦੀ ਬਾਲਟੀ ਜਿੱਡਾ ਮੂੰਹ। ਭਾਬੀ ਮੈਨੂੰ ਗਾਲਾਂ ਦਊਗੀ, ਹੈ ਗੇਟ ਵੀ ਬੰਦ ਪਿਆ। ਗੇਟ ਵੀ ਬੰਦ ਕੀਤਾ ਆਏ।
ਮਾਮੋ ਸੱਤ ਵੱਜ ਗਏ, ਉੱਠ ਕੇ ਚਾਹ ਚੂ ਬਣਾ, ਨਾਲੇ ਉਹਨੂੰ ਚੰਨੀ ਨੂੰ ਦਵਾਈ ਦੇ, ਤੜਕੇ 7 ਵਜੇ ਦੇਣੀ ਹੁੰਦੀ ਆ। ਦੋ ਯਾਰ ਨਿੱਤ ਲੇਟ ਦਿੰਦੀ ਆ ਦਵਾਈ, ਤੂੰ ਉਹਨੂੰ 10-10 ਵਜੇ ਦਵਾਈ ਦਿੰਦੀ ਆ, ਚੱਲ ਉੱਠ। ਨੀਂਦ ਆ ਜਾਂਦੀ ਆ ਮੈਨੂੰ। ਉਹ ਯਾਰ ਉੱਠ ਕੇ ਚਾਹ ਪਾਣੀ ਬਣਾ ਯਾਰ, ਨਾਲੇ ਉਹਨੂੰ ਦਵਾਈ ਦੇ। ਮੈਂ ਦਿੰਦਾ ਦਵਾਈ ਉਹਨੂੰ, ਚੱਲ ਤੂੰ ਉੱਠ ਕੇ ਚਾਹ ਚੂ ਬਣਾ, ਮੈਂ ਉਹਨੂੰ ਦਵਾਈ ਦਿੰਦਾ। ਕੁੰਡਾ ਕਿਉਂ ਲਾਇਆ ਸੀ? ਕਿਹੜਾ? ਆਹ ਚੰਨੀ ਵਾਲਾ, ਤੇ ਰਾਤ ਨੂੰ ਬਾਥਰੂਮ ਕਰਨਾ ਹੁੰਦਾ, ਉਹਨੇ ਪਾਣੀ ਪੂਣੀ ਪੀਣਾ ਹੋਵੇ। ਕਮੋ ਇਹਨੂੰ ਤਾਂ ਦਵਾਈ ਨੀ ਦਿੱਤੀ ਵੀ, ਆ ਦੋ ਗੋਲੀਆਂ ਜਿਹੜੀਆਂ ਮੇਰੀਆਂ ਦਿੱਤੀਆਂ, ਉਹਨਾਂ ਦੋ ਖੁਰਾਕਾਂ ਉਹੀ ਦਿੱਤੀਆਂ ਵਾ ਕਿੰਨੇ ਦਿਨਾਂ ਦੀਆਂ। ਚੰਨੀ 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 ਕਮੋ ਕਮੋ ਚੰਨੀ ਕੀ ਹੋਇਆ ਸਵੇਰੇ ਸਵੇਰੇ ਵਾਲਾ ਪਰੇ? ਓਹੋ ਗੱਲ ਕੀ ਹੋਈ ਹੈ ਕਿ ਠਾ ਲਓ ਨਾ। ਹੇ ਜੰਨੀ ਨਹੀਂ ਰਿਹਾ, ਮੈਂ ਕਿਹਾ ਸੀ ਨਾ ਨਾ ਲਿਆਓ ਇੱਥੇ, ਨਾ ਲਿਆਓ। ਤੂੰ ਤਾਂ ਮੈਨੂੰ ਕਹਿੰਦੀ ਸੀ ਮੈਨੂੰ ਪਰਮਾਨੈਂਟ ਦਵਾਈ ਦਿੰਨੀ ਆ ਪੱਕਾ, ਕਿਹਾ ਹਾਂ ਮੈਂ ਕੀ ਕਰਾਂ, ਕਹਿੰਦਾ ਸੀ ਮੈਂ ਨਹੀਂ ਲੈਣੀ ਕੀ ਕੌੜੀ ਹੈਗੀ। ਮੈਨੂੰ ਪਤਾ ਤੂੰ ਮੇਰਾ ਭਰਾ ਮਾਰਿਆ, ਬਸ ਕਰੋ, ਤੂੰ ਮੇਰਾ ਭਰਾ ਮਾਰਿਆ, ਮੇਰੇ ਤੇ ਇਲਜ਼ਾਮ ਲਾਉਣ ਦੀ ਨਾ ਕੋਈ ਲੋੜ ਨਹੀਂ ਹੈਗੀ। ਮੇਰੇ ਲੋਕਾਂ ਨੇ ਕਿਸੇ ਨੇ ਪੁੱਛਿਆ ਮੈਂ ਕੋਈ ਜਨਾਨੀ ਨੇ ਮੇਰਾ ਭਰਾ ਮਾਰਤਾ, ਲੈ ਭਰਾ ਮੈਂ ਮਾਰਤਾ, ਕਮਾ ਤੂੰ ਮੇਰਾ ਭਰਾ ਮਾਰਤਾ, ਮੈਨੂੰ ਪਤਾ ਲੱਗ ਗਿਆ ਤੂੰ ਮੇਰਾ ਭਰਾ ਮਾਰਿਆ। ਮੇਰੀ ਗੱਲ ਸੁਣ ਲੋ ਠੀਕ ਹੈ ਨਾ, ਦਵਾਈ ਉਹਨੇ ਆਪ ਨੀ ਲਈ ਹੈਗੀ, ਕਹਿੰਦਾ ਸੀ ਕੌੜੀ ਆ, ਮੇਰੇ ਤੇ ਭਰਾਉਣ ਦੀ ਕੋਈ ਲੋੜ ਨੀ ਹੈਗੀ। ਕਮੋ ਦੂਰ ਹੋ ਜਾ, ਮੇਰੇ ਘਰੋਂ ਨਿਕਲ ਜਾ, ਤੂੰ ਮੇਰਾ ਭਰਾ ਮਾਰਤਾ, ਕਮੋ ਕਮੋ ਤੂੰ ਮੇਰਾ ਭਰਾ ਮਾਰਤਾ। ਤੂੰ ਤੋਂ ਕੰਮ ਕਰਾਉਂਦੀ ਸੀ, ਮੈਨੂੰ ਪਤਾ ਤੂੰ ਮੇਰੇ ਭਰਾ ਤੋਂ ਨਫ਼ਰਤ ਕਰਦੀ ਸੀ, ਕਮੋ ਕਮੋ ਬਾਹਰ ਵਗ ਜਾ, ਕਮੋ ਮੇਰੇ ਘਰੋਂ ਨਿਕਲ ਜਾ, ਕਮੋ ਤੂੰ ਮੇਰਾ ਭਰਾ ਮਾਰਤਾ, ਇਹ ਤੋਂ ਪਹਿਲਾਂ ਮੈਂ ਕੁਛ ਕਰ ਬੈਠਾ, ਮੇਰੇ ਘਰੋਂ ਨਿਕਲ ਜਾ। ਕੀ ਕਰੋਗੇ ਤੁਸੀਂ? ਕਮੋ ਮੇਰੇ ਘਰੋਂ ਨਿਕਲ ਜਾ, ਮੈਂ ਤੈਨੂੰ ਦੱਸਦਾ, ਮੇਰੇ ਘਰੋਂ ਨਿਕਲ ਜਾ, ਕਮੋ ਕਮੋ ਮੇਰੇ ਘਰੋਂ ਨਿਕਲ ਜਾ, ਕਮੋ ਮੰਮੀ ਬਈ ਮੈਨੂੰ ਪਤਾ ਹੁੰਦਾ ਨਾ ਜਾਨ ਲੈਣੀ ਹੈ, ਮੈਂ ਕਿਹੜੇ ਦਿਨ ਇੱਥੇ ਨਾ ਲੈ ਕੇ ਆਉਣਾ। ਕੀ ਹੈ ਮੈਨੂੰ ਮਾਫ ਕਰ ਦਿਓ ਇੱਕ ਵਾਰ ਪਲੀਜ਼, ਦੇਖੀ ਮੇਰੀ ਗੱਲ ਤਾਂ ਸੁਣ ਲਓ। ਆ ਕੀ ਰੋਲਾ ਜਾਂ ਰੋਲਾ ਜਾਂ ਪੀ ਜਾਂਦੇ ਨੇ ਇਹਨਾਂ ਦੇ। ਕੀ ਹੋ ਗਿਆ ਸਣੀ, ਕੀ ਗੱਲ ਹੋਊਗੀ? ਨਿਕਲ ਜਾ ਮੇਰੇ ਘਰੋਂ। ਉਹ ਗੱਲ ਕੀ ਹੋ ਗਈ ਜਨਾਨੀ ਦਾ ਨਾ ਮੂੰਹ ਦੇਖਣਾ ਵੀ ਪਸੰਦ ਨਹੀਂ ਕਰੂੰਗਾ। ਉਹ ਗੱਲ ਕੀ ਹੋ ਗਈ ਸਣੀ, ਗੱਲ ਤਾਂ ਦੱਸ ਦੇ।
ਗੱਲ ਕੀ ਹੋਣੀ ਹੈਗੀ? ਚੰਨੀ ਮਾਰਤਾ ਇਹਨੇ ਮੇਰਾ ਤੋਂ, ਚੰਨੀ ਮਾਰਤਾ ਤੇਰੇ ਝੂਠਾ ਇਲਜ਼ਾਮ ਲਾਉਂਦਾ ਭਾਈ। ਕਹਿੰਦਾ ਸੀ ਕੌੜੀ ਹੈਗੀ ਦਵਾਈ, ਹੁਣੇ ਮੇਰੇ ਤੇ ਭਾਈ ਮੈਂ ਤੀ ਮੈਨੂੰ ਮੱਥੇ ਨੀ ਲਾਉਣਾ ਚਾਹੁੰਦਾ। ਤੇਰੀ ਗੱਲ ਸੱਚੀ ਨਿਕਲ ਗਈ, ਕੰਮ ਕਰਾਉਂਦੀ ਰਹੀ ਉਹ ਬਾਈ ਤੋੜ ਦੇ। ਚੱਲ ਸਣੀ ਚੁੱਪ ਕਰ ਜਾ, ਕਹਿੰਦੇ ਤੁਸੀਂ ਵੀ ਹੁਣ ਚੁੱਪ ਕਰ ਜਾਓ। ਦੇਖ ਸਣੀ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਹਨਾ। ਹੁਣ ਹੁਣੇ ਤਾਂ ਕੋਈ ਟਾਲ ਨਹੀਂ ਸਕਦਾ, ਤੂੰ ਹੋਵੇ ਹੌਸਲਾ ਰੱਖ, ਤੇ ਨਾਲੇ ਏਡਾ ਵੱਡਾ ਕਦਮ ਨਹੀਂ ਚੱਕਦੇ ਹੁੰਦੇ, ਤੂੰ ਹੁਣ ਘਰੋਂ ਕੱਢੇਗਾ ਬਾਈ ਇਹਨੂੰ, ਕਿ ਮੇਰੇ ਘਰੋਂ ਨਿਕਲ ਜਾ। ਮੈਂ ਹੁਣ ਕਿੱਥੇ ਜਾਊਂਗੀ? ਮੈਨੂੰ ਨਹੀਂ ਪਤਾ, ਇੱਥੋਂ ਮਰਜੀ ਜਾ, ਆਹੋ ਤੁਰ ਜਾ। ਕੋਈ ਗੱਲ ਨੀ, ਤੂੰ ਘਰ ਨਾ ਖਰਾਬ ਕਰ। ਵੀ ਤੇਰਾ ਪ੍ਰਿਆ ਸੀਗਾ ਨਾ, ਟੈਨਸ਼ਨ ਨਾ ਲੈ, ਜੋ ਹੋਣਾ ਸੀ ਉਹਦਾ ਹੋ ਗਿਆ। ਦੇਖ ਹੁਣ ਸਨੀ, ਜੇ ਕਿਸੇ ਪਿੱਛੇ ਲੱਗ ਗਿਆ ਤਾਂ ਘਰ ਖਰਾਬ ਕਰੇਗਾ, ਹਨਾ। ਤੇਰੇ ਦੇ ਅੱਧਾ ਘਰ ਤਾਂ ਉਜੜ ਗਿਆ, ਹੁਣ ਤੇਰਾ ਭਰਾ ਨੀ ਰਿਹਾ, ਹੁਣ ਤੂੰ ਉਹਦੇ ਘਰ ਵਾਲੇ ਨੂੰ ਵੀ ਵੜ। ਮੈਂ ਜਨਾਨੀ ਨੂੰ ਕਦੇ ਵੀ ਜ਼ਿੰਦਗੀ ਚ ਮੱਥੇ ਨੀ ਲਾਉਂਗਾ। ਚੱਲ ਆ ਜਾਂਦਾ, ਚੱਲ ਚੱਲ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਕਮੈਂਟ ਕਰਨਾ, ਲਾਈਕ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ। ਜਿਹੜੇ ਵੀਰ ਸਾਨੂੰ ਕਮੈਂਟ ਕਰਦੇ ਆ ਅਸੀਂ ਉਹਨਾਂ ਦੇ ਨਾਮ ਬੋਲਣ ਲੱਗੇ ਹਾਂ। ਲਓ ਵੀ ਜੀ, ਤੁਹਾਡਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਡਾਕਟਰ ਸੁਖਰਾਜ ਸਿੰਘ, ਬਹੁਤ ਬਹੁਤ ਧੰਨਵਾਦ ਜੀ। ਸਰਵਨ ਦਾਸ ਮਹਿਤਾ ਜੀ, ਜਸਵੰਤ ਸਿੰਘ ਬਾਪੂ ਜੀ, ਬਹੁਤ ਧੰਨਵਾਦ ਜੀ। ਮਨਜੀਤ ਕੌਰ ਜੀ, ਮਨਜੀਤ ਕੌਰ ਫਿਰ ਆ ਗਏ ਜੀ। ਬਲਦੇਵ ਸਿੰਘ ਜੀ, ਹਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਣੀ ਚਹਿਲ ਜੀ, ਨਿਰਮਲ ਸਿੰਘ ਜੀ, ਜਸਵੰਤ ਦੰਦਿਆਲ ਜੀ, ਲਾਭ ਸਿੰਘ ਰੋਮਨ ਸ਼ੇਖਪੁਰਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਅਤੇ ਗੁਰਵੰਤ ਵਿਰਕ, ਨਰਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ। ਸੁਖਰਾਜ ਸਿੰਘ ਜੀ, ਜੀਵਨ ਕੁਮਾਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਵਟਸਐਪ 'ਤੇ ਵੀ ਕਾਲ ਕਰਦੇ ਰਹਿੰਦੇ ਹੋ, ਤੁਹਾਡਾ ਦੂਰੀਵਾਰ ਧੰਨਵਾਦ। ਜੀਵਨ ਸਿੰਘ, ਜੀਵਨ ਕੁਮਾਰ ਜੀ, ਬਹੁਤ ਬਹੁਤ ਧੰਨਵਾਦ। ਗਣੇਸ਼ ਸਿੰਘ ਜੀ, ਸਿਮਰਜੀਤ ਸਿੰਘ ਜੀ, ਹਰਵਿੰਦਰ ਸਿੰਘ ਜੀ, ਜਸਵੰਤ ਕੌਰ ਜੀ, ਮਨਜੀਤ ਕੌਰ ਜੀ, ਸੁਮਨ ਬਾਲਾ ਜੀ, ਸੁਰਿੰਦਰ ਸਿੰਘ ਜੀ, ਮੋਗਾ ਦਾ ਜ਼ਿਲ੍ਹਾ ਮੋਗਾ ਜੀ, ਜਸਪਾਲ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ ਜੀ ਸਿੱਧੂ, ਤੁਹਾਡਾ ਵੀ ਬਹੁਤ ਬਹੁਤ, ਬਲਵਿੰਦਰ ਸਿੰਘ ਮੰਡੇਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਹਰਜੀਤ ਕੌਰ ਢਿੱਲੋਂ ਜੀ, ਹਰਜੀਤ ਕੌਰ ਢਿੱਲੋਂ, ਭੋਲਾ ਸਿੰਘ ਜੀ, ਕਰਨ ਸਿੱਧੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਹਰ ਵੀਡੀਓ 'ਤੇ ਕਮੈਂਟ ਕਰਦੇ ਹੋ। ਇਹ ਮੂਸੇ ਵਾਲਾ ਬੰਦਾ ਕੀ ਨਾਮ ਲਿਖਿਆ ਤਾ ਬਾਈ ਦਾ, ਤੁਹਾਡਾ ਬਹੁਤ ਸਿੰਘ ਲਿਖਿਆ ਹੋਇਆ ਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਸਪਾਲ ਕੌਰ ਜੀ, ਸਰਵਨ ਦਾਸ ਮਹਿਤਾ ਜੀ, ਮਨਜੀਤ ਕੌਰ ਜੀ, ਕਰਨ ਸਿੱਧੂ, ਓਮਕਰਨ ਸਿੱਧੂ, ਬਹੁਤ ਬਹੁਤ ਧੰਨਵਾਦ ਜੀ। ਇਹ ਤੁਹਾਨੂੰ ਦੱਸਦੇ ਹਾਂ, ਇੱਕ ਹਰਪ੍ਰੀਤ ਸਿੰਘ ਰਹਿ ਗਿਆ ਸੀ ਬਈ, ਹਰਪ੍ਰੀਤ ਸਿੰਘ, ਬਹੁਤ ਬਹੁਤ ਧੰਨਵਾਦ। ਨਰਿੰਦਰ ਕੌਰ ਵੀ ਰਹਿ ਗਈ ਸੀ, ਅਤੇ ਬਹੁਤ ਬਹੁਤ ਧੰਨਵਾਦ। ਇੱਕ ਓਮਕਰਨ ਸਿੰਘ ਨੇ ਲਿਖਿਆ ਵੀ ਰਿਸ਼ਤੇ ਸਹੀ ਰੱਖਿਆ ਕਰੋ ਬਈ, ਅਸੀਂ ਅੱਡ ਅੱਡ ਪਾਤਰ ਹੁੰਦੇ ਹਾਂ, ਪਾਤਰ ਕੋਈ ਮਾਂ ਬਣਨਾ ਪੈਂਦਾ, ਕਈ ਵਾਰੀ ਘਰ ਵਾਲੀ ਬਣਨਾ ਪੈਂਦਾ, ਕਦੋਂ ਭੈਣ ਦਾ ਰਿਸ਼ਤਾ ਘਰ ਵਾਲੀ ਅੱਡ ਅੱਡ ਬਣਨੇ ਪੈਂਦੇ ਆ, ਕਿਉਂ ਕਈ ਵਾਰੀ ਦਿਓਰ ਦਾ ਰਿਸ਼ਤਾ, ਕਈ ਵਾਰੀ ਘਰ ਅੱਡ ਅੱਡ ਪਾਤਰ। ਅਸੀਂ ਕੋਈ ਮਤਲਬ ਕਿ ਇੱਕ ਫੈਮਿਲੀ ਤੋਂ ਸਾਰੇ ਨਹੀਂ ਹਾਂਗੇ, ਹਨਾ, ਕੋਈ ਕਿੱਥੋਂ ਆਉਂਦਾ ਕੋਈ ਕਿੱਥੋਂ ਆਉਂਦਾ, ਅਸੀਂ ਇੱਕ ਟੀਮ ਬਣੇ ਹੋਏ ਆ, ਟੀਮ ਦੇ ਵਿੱਚ ਵਰਕ ਕਰਦੇ ਆ ਸਾਰੇ, ਹਨਾ। ਵੀ ਕਈ ਵਾਰੀ ਅਸੀਂ ਭੈਣ ਭਰਾਵਾਂ ਦੇ ਰੋਲ ਵੀ ਕਰਨੇ ਪੈਂਦੇ ਆ, ਹਸਬੈਂਡ ਵਾਈਫ ਦੇ ਵੀ ਕਰਨੇ ਪੈਂਦੇ ਆ, ਕਈ ਵਾਰੀ ਸਾਨੂੰ ਚਾਚਾ ਚਾਚੀ ਵੀ ਬਣਨਾ ਪੈਂਦਾ, ਸਾਨੂੰ ਇੱਕ ਕਿਰਦਾਰ ਹੁੰਦਾ, ਹਨਾ। ਵੀ ਚਲੋ ਤੁਸੀਂ ਵੱਡੀਆਂ ਫਿਲਮਾਂ ਦੇ ਵਿੱਚ ਤਾਂ ਹਮੇਸ਼ਾ ਵੇਖਦੇ ਰਹਿੰਦੇ ਹੋ, ਅਸੀਂ ਤਾਂ ਬਹੁਤ 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 ਛੋਟੇ ਇਨਸਾਨ ਆ, ਹਨਾ। ਵੀ
ਅਸੀਂ ਬਹੁਤ ਵਧੀਆ ਪੇਸ਼ਕਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਲੀਜ਼ ਤੁਸੀਂ ਮਾਇੰਡ ਨਾ ਕਰਿਆ ਕਰੋ, ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਬਾਕੀ ਵੀਰ ਆਪ ਹੀ ਦੱਸ ਦੂਗਾ। ਅਤੇ ਵੀ ਜਿਹੜੇ ਸਾਡੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ, ਅਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਅਤੇ ਵਿਊ ਬਹੁਤ ਘੱਟ ਆਉਂਦੇ ਆ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਵਿਊ ਘੱਟੋ ਘੱਟ 15-20 ਹਜ਼ਾਰ ਤਾਂ ਮਿਹਨਤ ਬਹੁਤ ਲੱਗਦੀ ਹੈ, ਅਤੇ ਕਰ ਦਿਆ ਕਰੋ ਬਈ। ਅਤੇ ਹਰ ਵੀਡੀਓ ਆਪਾਂ ਦੀ ਡੇਲੀ ਹੁਣ ਆਉਂਦੀ ਰਹਿ ਕਰੂਗੀ, ਚੰਨੀ ਵਾਲਿਆਂ ਵਾਲੀ ਅਤੇ ਪੁਰਾਣਾ ਵਿਰਸਾ ਟੀਵੀ ਅਤੇ ਸਨੀ ਬੋਏ ਸਾਰਿਆਂ ਦੇ ਚੈਨਲ 'ਤੇ ਸਾਡੀ ਲਗਾਤਾਰ ਵੀਡੀਓ ਆਉਂਦੀ ਰਹਿ ਕਰੂ। ਸਾਡਾ ਸਾਥ ਨਿਭਾਈ ਰੱਖਣਾ, ਅਤੇ ਧੰਨਵਾਦ।